आओ जी जाकर साहब, मैं थोड़ा हाथ फड़ के उन्होंने लेके जाना। मैं ना क्योंकि लोग इन्ने से मैं गलों पर लग्या अर्श जाकर साहब की आवाज भी प्रोपर है ना, ठीक है। मैं फिर भी देखो चल जी पुछ लेना चाहिए। ਬਿਆਲੀ ਐਮ ਐਲ ਏ ਨੇ ਜਦੋਂ ਆਹ ਗੱਲ ਕੀਤੀ ਵੀ ਸੁਨੀਲ ਮੁੱਖ ਮੰਤਰੀ ਹੋਣਾ ਚਾਹੀਦਾ ਸਾਡਾ, ਅਸਲ 'ਚ ਤਾਂ ਜੇ ਆਪਾਂ ਦੇਖ ਗਏ ਤੁਹਾਨੂੰ ਹੋਣਾ ਤਾਂ ਫਿਲਮਾਂ 'ਚ ਰੋਮੈਂਟਿਕ ਹੀਰੋ ਚਾਹੀਦਾ ਸੀ। ਜੇ ਕਿਤੇ ਤੁਹਾਨੂੰ ਕੋਈ ਲੋਕਲ ਲੀਡਰ ਹੀ ਨਹੀਂ ਮਿਲਿਆ ਵੀ ਜਿਹੜਾ ਸੁਨੀਲ ਨੂੰ ਢਾਵੇ ਬੰਬਈਓ ਲਿਆ ਕੇ ਸਿੱਟੇ ਹੈ। ਜਦੋਂ ਤੁਸੀਂ ਪ੍ਰਧਾਨਗੀ ਤੋਂ ਛੱਡਿਆ ਅਤੇ ਨਵਜੋਤ ਸਿੱਧੂ ਉਦਾ ਆ ਰਹੇ ਸੀ ਤਾਂ ਤੁਸੀਂ ਇੱਕ ਗੱਲ ਕਹੀ ਸੀ ਕਿ ਬਈ ਜਿਹੜੇ ਨਿੱਕੇ ਨਿੱਕੇ ਰੁੱਸੇ ਆ ਆਪਸ ਦੇ ਵਿੱਚ ਇਹਨਾਂ ਨੂੰ ਖਤਮ ਕਰੋ, ਐਵੇਂ ਨਾ ਰੁੱਸਿਆ ਕਰੋ ਕਿਸੇ ਗੱਲ ਦੀ। ਕਈ ਜਿਹੜੇ ਫੁੱਫੜ ਹੈ ਜਿਵੇਂ ਕਹਿੰਦੇ ਨੇ ਵਿਆਹ ਸ਼ਾਦੀਆਂ 'ਚ ਫੁੱਫੜ ਸਵੇਰੇ ਰੁੱਸ ਜਾਂਦਾ ਸ਼ਾਮ ਨੂੰ ਮਨਾ ਕੇ ਲਿਆਈ ਤਾਂ ਸਵੇਰੇ ਫਿਰ ਰੁੱਸ ਜਾਂਦਾ। ਪੰਜਾਬ ਦੀ ਇਸ ਗੱਡੀ ਦੇ ਵਿੱਚ ਸੈਕਿੰਡ ਕਲਾਸ ਦਾ ਡੱਬਾ ਹੀ ਹੈ ਨਹੀਂ ਸਾਹਿਬ, ਐਵਰੀ ਸਿਟੀਜ਼ਨ ਇਜ਼ ਅ ਫਸਟ ਕਲਾਸ ਸਿਟੀਜ਼ਨ। ਸਾਡੇ ਘਰ 'ਚ ਮੈਨੂੰ ਸਾਰੇ ਛੇੜਦੇ ਸੀ ਅਤੇ ਕਹਿ ਤੂੰ ਲੱਗਦਾ ਹੈ ਕਹਿੰਦਾ ਤੁਹਾਨੂੰ ਕਿਤੇ ਬਾਹਰ ਕਿਤੇ ਉਸ 'ਚੋਂ ਰੂੜੀ 'ਚੋਂ ਚੱਕ ਕੇ ਲੈ ਕੇ ਆਏ ਸੀ। ਅਨਿਲ ਮਾਨੀ ਹੈ, ਮੈਂ ਕਿਹਾ ਇਹ ਤਾਂ ਕਾਗਜ਼ ਦਾ ਜਹਾਜ਼ ਨਹੀਂ ਬਣਾ ਜਿਹੜਾ ਇਹਨੂੰ ਰਫਾਲ ਬਣਾਈ ਜਾਂਦੇ, ਮੈਂ ਜਾਂ ਵਧੀਆ ਬਣਾ ਦੇਣਾ, ਮੈਂ ਦਿਖਾ ਕੇ ਕਰਕੇ ਬਣਾਇਆ ਸੀਗਾ। ਲੜਾਈ ਦੇ ਮੈਦਾਨ 'ਚ ਬ੍ਰਿਗੇਡੀਅਰ ਦੀ ਆਤਮਾ ਭਟਕਦੀ ਫਿਰਦੀ ਹੈ ਨਾ, ਕਹਿੰਦਾ ਉਸੇ ਤਰ੍ਹਾਂ ਐਮ ਪੀ ਜਿਹੜੇ ਆ ਜਿਹੜੇ ਹਾਰੇ ਹੋਏ ਉਸ ਸੈਂਟਰ ਲਾਲ 'ਚ ਤੁਰੇ ਫਿਰਦੇ। ਆਈ ਐਮ ਪ੍ਰਾਊਡ ਟੂ ਬੀ ਹਿੰਦੂ ਸਾਹਿਬ, ਬੜਾ ਫਖਰ ਆ ਮੈਨੂੰ, ਮੈਨੂੰ ਕੋਈ ਕਹਿ ਦਿਓ ਮੈਂ ਕਿਹਾ ਜੀ ਆਈ ਐਮ ਪ੍ਰਾਊਡ ਟੂ ਬੀ ਹਿੰਦੂ, ਬਟ ਆਈ ਐਮ ਈਕੁਅਲੀ ਪ੍ਰਾਊਡ ਟੂ ਬੀ ਹਿੰਦੁਸਤਾਨੀ, ਆਈ ਐਮ ਪ੍ਰਾਊਡ ਟੂ ਬੀ ਏ ਪੰਜਾਬੀ, ਬੜਾ ਫਖਰ ਆ ਮੈਨੂੰ ਮੈਂ ਪੰਜਾਬੀ ਹਾਂ। ਤਾਂ ਸ਼ੂਟ ਆ ਅੱਜ ਸੁਨੀਲ ਜਾਖੜ ਦੇ ਨਾਲ, ਕਾਂਗਰਸ ਦੇ ਵੱਡੇ ਚਿਹਰੇ ਆ ਸਾਰੇ ਆਪਾਂ ਜਾਣਦੇ ਹਾਂ, ਗੱਲਬਾਤ ਕਰਾਂਗੇ ਜਾ ਕੇ ਉਹਨਾਂ ਦੇ ਨਾਲ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਪੁੱਛਾਂਗੇ, ਮੈਨੂੰ ਤਾਂ ਲੰਘ ਜਾਂਦੇ ਯਾਰ ਬਾਈ, ਕੋਈ ਗੱਲ ਨਹੀਂ ਹੋ ਜਾਂਦਾ। ਤਾਂ ਜਾ ਕੇ ਗੱਲਬਾਤ ਕਰਦੇ ਹਾਂ, ਕੁਛ ਪੁੱਛਦੇ ਹਾਂ ਫਿਲਹਾਲ, ਕਿਉਂਕਿ ਵੋਟਾਂ ਦਾ ਟਾਈਮ ਆ ਅਤੇ ਸਾਰਾ ਕੁਛ ਵੋਟਾਂ ਵਾਲੇ ਪਾਸੇ ਹੀ ਆ। ਬਜਾ ਕੇ ਲੰਘਿਓ ਵੀ ਮੁੰਡਿਓ, ਸੱਟ ਨਾ ਖਾ ਲਿਓ, ਮੈਨੂੰ ਪਹਿਲਾਂ ਭਾਲਣੇ ਪੈਣਗੇ ਵੀ ਜਾਖੜ ਸਾਹਿਬ ਹੈ ਕਿੱਥੇ। ਤਾਂ ਥੋੜ੍ਹਾ ਜਿਹਾ ਸਮਾਂ ਆਪਾਂ ਵਿੱਚੋਂ ਕਢਾਉਣੇ ਆ, ਮੈਨੂੰ ਵੀ ਕੋਸ਼ਿਸ਼ ਕਰਨੀ ਪੈਣੀ। ਜਾਖੜ ਸਾਹਿਬ ਥੋੜ੍ਹਾ ਸਮਾਂ ਕੱਢੋ, ਮੈਨੂੰ ਪਹਿਲਾਂ ਬਹੁਤ ਔਖਾ ਵੋਟਾਂ ਦੇ ਦਿਨਾਂ ਦੇ ਵਿੱਚ ਐਸੇ ਕਰਕੇ। ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਜੀ, ਆ ਜਾਓ ਆ ਜਾਓ। ਅੱਛਾ ਨਹੀਂ ਨਹੀਂ ਜੀ, ਮਿਲੋ ਮਿਲੋ ਮਿਲੋ, ਕੋਈ ਦਿੱਕਤ ਨਹੀਂ। ਤਾਂ ਕੋਈ ਨੀ, ਤੁਸੀਂ ਸਾਰੇ ਵੀਡੀਓ 'ਚ ਆ ਗਏ, ਹੁਣ ਫੋਟੋ ਛੱਡੋ ਸਮਝਾਓ। ਹਾਂ ਲਗਾਉਣ ਲੱਗ ਰਿਹਾ, ਔਰ ਲੜਕੋ ਹੈ ਉਹ ਵੀ ਆਜ ਕਈ ਦਿਨ ਹੋ ਗਿਆ ਖਾਲੀ ਕਰ ਦੋ ਜੀ, ਪਿੱਛੇ ਰੋਕ ਲੋ ਸਾਰਿਆਂ ਨੂੰ ਪਲੀਜ਼ ਪਲੀਜ਼ ਪਲੀਜ਼। ਤਾਂ ਠੀਕ ਹੈ, ਆਪਾਂ ਕੋਲ ਦੋ ਆਪਸ਼ਨ ਆ, ਆਪਾਂ ਬੈਠ ਵੀ ਸਕਦੇ ਹਾਂ, ਤਾਂ ਥੋੜ੍ਹਾ ਜਿਹਾ ਚੱਲ ਜਿਵੇਂ ਤੁਹਾਨੂੰ ਠੀਕ ਲੱਗਦਾ, ਬੈਠੇ ਤਾਂ ਸਾਰੇ ਦਿਨ ਚੱਲਣਾ ਫਿਰਨਾ ਤਾਂ ਆ ਜਾਓ, ਬੈਠਣਾ ਤਾਂ ਆ ਜਾਓ, ਜੇ ਆਹ ਲਵਾਇਆ ਤਾਂ ਫਿਰ ਬੈਠ ਚੱਲ ਕੇ ਕਰ ਲੈਂਦੇ ਗੱਲ। ਨਹੀਂ ਬਹੁਤ ਵਧੀਆ, ਚਲੋ ਉਹ ਥੋੜ੍ਹਾ ਜਿਹਾ ਤੁਹਾਨੂੰ ਛੱਡਣਾ ਪਿਆ ਲੋਕਾਂ ਨੂੰ, ਪਰ ਨਹੀਂ ਲੋਕ ਤਾਂ ਵਿਚਾਰੇ ਲੋਕਾਂ ਕਰਕੇ ਅਸੀਂ ਤੁਰੇ ਫਿਰਦੇ ਹਾਂ ਜੀ, ਲੋਕਾਂ ਦਾ ਪਿਆਰ ਹੈ ਜਿਹੜਾ ਸਾਨੂੰ ਲਈ ਫਿਰਦਾ, ਠੀਕ ਹੈ ਸਾਡੇ ਸਾਥੀ ਹੈ, ਕਰ ਲੈਣਗੇ, ਤੁਸੀਂ ਇੰਨੀ ਦੂਰੋਂ ਚੱਲ ਕੇ ਆਓ, ਖਿੱਚ ਲਾ ਆਪਣਾ ਆਹ ਕੰਮ ਵੀ ਕਰ ਲਈਏ। ਥੈਂਕ ਯੂ ਅਰਸ਼ ਜਾਖੜ ਸਾਹਿਬ ਦੀ ਆਵਾਜ਼ ਵੀਰੇ ਪ੍ਰੋਪਰ ਹੈ ਨਾ, ਠੀਕ ਹੈ ਮੈਂ ਫਿਰ ਵੀ ਦੇਖੋ ਚੱਲਦੇ ਜੀ ਪੁੱਛ ਲੈਣਾ ਚਾਹੀਦਾ ਕਿਵੇਂ ਚੱਲ ਰਿਹਾ ਫਿਲਹਾਲ। ਠੀਕ ਹੈ ਸਰ, ਦੇਖੋ ਰਾਜਨੀਤੀ 'ਚ ਜਦੋਂ ਤਾਈਂ ਉਹ ਕਹਿੰਦਾ ਨਾ ਜਾਟ ਮਰੇ ਜਾਣੀਏ ਦਿਨ 13 ਪੂਰੇ ਹੋਏ ਆ, ਜਦ ਤਾਈਂ ਰਿਜ਼ਲਟ ਨਾ ਆ ਜਾਏ ਨਾ ਗਿਣੇ ਨਾ ਜਾਣ ਵੋਟਾਂ, ਵਨ ਸ਼ੁੱਡ ਬੀ ਔਨ ਗਾਰਡ, ਮੇਰਾ ਮੰਨਣਾ ਹੈ ਯੂ ਕੈਨ ਨੈਵਰ ਟੇਕ ਐਨੀਥਿੰਗ ਫੋਰ ਗ੍ਰਾਂਟਿਡ। ਕਿਸੇ ਨੂੰ ਆਹ ਵਹਿਮ ਹੋਵੇ ਵੀ ਸਾਰੇ ਬੰਨੇ ਪਏ ਆ ਅਤੇ ਕੋਈ ਪੰਡਾਂ ਦੀਆਂ ਪੰਡਾਂ ਵੋਟਾਂ ਦੀ ਪੈ ਜਾਣਗੀਆਂ, ਲੋਕਾਂ ਦਾ ਮਨ ਹੈ, ਲੋਕਾਂ ਦਾ ਫੈਸਲਾ ਹੈ, ਕੰਮ ਕੀਤਾ, ਕਰਮਣਯੇ ਵਾਧਿਕਾਰਸਤੇ ਮਾ ਫਲੇਸ਼ੁ ਕਦਾਚਨ, ਜੇ ਕੰਮ ਕੀਤਾ ਉਹਦਾ ਫਲ ਮਿਲੂਗਾ ਸਾਹਿਬ, ਇੰਨਾ ਵਿਸ਼ਵਾਸ ਹੈ। ਬਟ ਜਿਹੜੇ ਕੈਂਡੀਡੇਟ ਨੇ ਇੱਥੋਂ ਦੇ ਸੰਦੀਪ ਜਾਖੜ, ਉਹ ਦਾਅਵਾ ਕਰਦੇ ਆ ਕਿ ਕਿਉਂਕਿ ਉਹ ਤੁਹਾਡੇ ਪਰਿਵਾਰ 'ਚੋਂ ਹੀ ਆ ਕਿ ਅਸੀਂ ਹੁਣ ਤੱਕ ਵੀ ਜੇ ਤੁਸੀਂ ਹਿਸਟਰੀ ਕੱਢ ਲਓਗੇ ਹੈ ਨਾ, ਟੋਟਲ ਜਿੰਨਾ ਪੈਸਾ ਇੱਥੇ ਲੱਗਿਆ ਹੋਣਾ ਬੋਰ ਦੇ ਵਿੱਚ ਉਹਨਾਂ ਅਸੀਂ ਇਸ ਵਾਰ ਲਾਤਾ, ਫੈਕਟ ਜ਼ਿਆਦਾ ਲਾਇਆ ਹੋਣਾ ਸਾਹਿਬ, ਉਹ ਸ਼ਾਇਦ ਹੀ ਹੈਜ਼ ਬੀਨ ਵੈਰੀ ਮੋਡਰੇਟ ਇਸ ਮਸਲੇ 'ਚ, ਮੈਂ ਬੈਠਾ ਤਾਂ ਸੋਚ ਰਿਹਾ ਸੀ, ਉਹਨੇ ਆ ਜਦੋਂ ਗੱਲ ਕੀਤੀ ਸੰਦੀਪ ਨੇ, ਸਰ ਰਿਸ਼ਤੇਦਾਰ ਨਹੀਂ ਮੇਰਾ ਬੇਟਾ ਹੈ ਜੀ, ਮੇਰਾ ਭਤੀਜਾ ਹੈ, ਅਤੇ ਮੈਨੂੰ ਇਸ ਗੱਲ ਦਾ ਬੜਾ
मेरे तो एक जिम्मेवारी है क्योंकि सुरेंद्र भाई साहब चलो अज नहीं साढ़े बिच उन्होंने मेरा जिहड़ा संदीप तो ज़्यादा मैं उन्हें लाड नाल पाले उन्हों का फर्क तो साढ़ा दो साल का भी है नहीं सी आपस में। अच्छा पर वो एक उन्होंने क्योंकि जो सज्जन भाई साहब का एक्सीडेंट हो गया 80 के बाद जो साहब उधर चले गए उन्होंने मैं संदीप तरह पाल के वड्डा किया तो मैं अज फखर है साहब इस गल का। वो कहते हैं दो शख्सियत होंगे जिंदगी च जिन्हों अपने तो अगे वधन का किसी का माण हों खुशी होंगी है। एक तो है थोड़ा गुरु ठीक है टीचर वह जो चेला वह शिष्य वह डिसिपल जो उस तो अगे तरक्की करता ना वह छाती फुल के वड्डी जाती। एक होंगे बाप मापे जड़े है उन्होंने बच्चा जो तरक्की करता ना वो माँ ही कुछ हो रहा मैं अज इस गल का फख्र है। देखो वोटा पैनिया ना पैनिया दैट इज़ नॉट एंड ऑफ एव दिस वर्ल्ड साहब वोटा ठीक है वोटा वास्ते करी जाने वोटिंग है पर वोटा का फैसला 10 आना है मार्च में 20 लोगों ने वोटा पानी है पर मेरा मन है वोटा लोग पागे उन्होंने मर्जी है पर संदीप ने लोगों का दिल जितया साहब उन्हें अपनी जगह बनाई है अपनी पहचान बनाई है तो मोदी साहब का तो पता नहीं मेरा छाती जी है 56 तो भी ज़्यादा विखड़ी है बहुत उन्हें आई एम वेरी प्राउड ऑफ नहीं बिल्कुल। अच्छा मैं ना क्योंकि लोग इन्ने से मैं गल्लां भुल गया जड़ियां मैं ओपनिंग से करनिया सी चलो कोई नहीं मैं आके मतलब सुनील जाखड़ है ना मैं सोचता हो सकता मैं गलत सोचता वहां तुम मैं टोक सकते हो भी नवरीत यार नहीं ए नहीं है ना मतलब असल च जो आप देखिए थोनू होना तो फिल्मों च रोमांटिक हीरो चाहिए सी कमाल करी जाने मैं तो साढ़े घर से मैं सारे छेड़ते तो क्या तू लगता है कदा तेन कित बहर कित उस रूढ़ी चो चक के लैके आए थे क्या कितने चो सा मैनू एक चंकी तरह बहुत उदों चीफ जस्टिस ऑफ पंजाब एंड हरियाणा हाई कोर्ट चो साहब कोई बहुत उन्होंने प्यार आप 72 की गल है मैं चंडीगढ़ गया जो जाके ज्वाइन किया उन्होंने मैं काम भेजे मैं जज साहब का नाम नहीं लेना कोई काम से उन्होंने उदों टैलीफोन तो दूजे होते आके टैलीफोन जाके कह गया मैं गया मैं दरवाजा खड़काया जाके अच्छा। तो ना गार्ड ना कोई उन्होंने चौकीदार ना कुछ मैं जाके दरवाजा कटी जाए उन्होंने जज साहब के वाइफ ने आके दरवाजा खोलना बोलीए बोलिए मैं जज साहब है कि करे कहते आप कौन मैं जी मैं जाखड़ साहब का जाखड़ साहब के यहाँ से आया हूँ उनका आप उनके मैं उनका बेटा हूँ क्योंकि कॉलेज से जाके एडमिशन ली थी मुंडे मुंडे तो उन्होंने लिटली दो कदम पिछे लैके अच्छा। मैं उत्तों हेटा ती देख के कि उन्होंने पता मेरे अज ती अजैन च बैठी है कहते लगते तो नहीं कहते लगते तो नहीं क्यों कहना तुम कहना जाखड़ साहब पहली बार जब हमारे घर आए तो मैं दौड़ी दौड़ी अंदर गई अंदर जाके जज साहब को कहा कोई अंग्रेज आया कहना जाखड़ साहब तो लंबे चौड़े गोरे लाल और आप पतले से ठिंगने से काले से मैं क्या मैडम मैं होर तो कुछ नहीं कह सकता हाँ मैं उन्होंने बेटा पर चलो जो भी है थैंक यू है मैं जाके जो सू मैं डैडी मुड़के मैं वो घर नहीं जाना कहना नहीं बेटा सो आई डोंट थिंक भी मैं कोई हीरो या कोई इस किस्म की गल है कोई रोमांटिक या नहीं है बट स्टिल सारे साथी भी छेड़ते होंगे कहना तू इन्हें घरे कहना कहना मैं चलो मतलब मैं ऑन रिकॉर्ड ये गल कह दिना इतने रख सीरी वरिंदर ढिल्लों तो बाद जे किसी ने फ्लो फड़िया तो जाखड़ साहब ने तुम छेती कंसैप्ट समझो ये कोई कह चार्ज नहीं। अच्छा जिमें बड़े जाखड़ साहब सी है ना बहुत चीज़ा असी तो पढ़िया उन्होंने बारे मैं थोड़ा जहा पढ़ता है चलो मैं मतलब मान लैंना हालांकि पत्रकारी चे गुना लोग नहीं करते पर मैं कर लैंना is the need of the art oh hai nahi sab de vich sensational ta kise gal di bana de khangai ohdi bana de tv bana de ohde naal hi sensational nahi assi eh gal bilkul nahi likhde vi sunil jakhad ne kita dhamaka assi ahi likhde vi unna ne gal kari te hun unna ne jehda parliamentary system aa jehde ch ajj apan dekhde aa ede ch bahut sudhar kita unna ne effort kitiyan मैं थोड़े दिन पहला जिमें एम पी रवनीत बिट्टू ने उन्होंने गल कर रहे थे वो कहें उन्होंने मैं नवी गल दसी कहें भी जोड़े उत्थे देख रहे हैं आप हरियाणा ज राजस्थान के अपने एरिए क्योंकि मैं बठिंडे का मैं अपना एरिया कहता
मतलब सुनील जाखड़ उन्होंने किमें देखते असी तो मतलब मैं किताबा तो उन्होंने ए देखदा कि उन्होंने ये चीज़ा करी बस थोड़े लिए कि देखो मैं उन्होंने वास्ते कोई गल कह मैं बड़ा कई बार देखो मैं कल भी गल इतने कर रहा है क्यों परसों साढ़े इतने महिला विंग साढ़े जिहड़े हैगे इंचार्ज सारे वार्ड दे उन्होंने सीगा एक तो पहली गल है भी एड्डी वड्डी तादाद च साडिया मातृ शक्ति साडिया भैन साडी बच्चिया मैं उन्होंने कहा भी मैं मैं ए लगता है भी साडा जित तो इतों अबोर के लोगों ने सानू बड़ा मैं कहते मैं साडा सानू बहुत प्यार दिता है सानू बिगाड़ता इन्ना प्यार दिता है भी असी जिता के भेज दे रहे साडे बंदे बंदियां नू भी पर मैं उन्होंने सारिया जितों चाहे जाखड़ साहब की सी चाहे सज्जन भाई साहब की सी अधूरी समझदा क्योंकि एडा कट्ठ मैं साडी भैणा का या साडी बच्चियां का कदे नहीं देखा जिहड़े हौसले नाल ਉਹ ਸਾਰੀਆਂ ਨੇ ਆ ਕੇ ਏਰੀਆ ਤੁਹਾਡਾ ਪਰ ਮੈਂ ਇੱਕ ਫੈਕਟ ਦੱਸ ਦਾਂ ਇਹ ਗਿਣਤੀ ਦੇ ਹਲਕਿਆਂ ਚੋਂ ਜਿੱਥੇ ਔਰਤਾਂ ਦੀ ਗਿਣਤੀ ਮੇਲ ਵੋਟਰਾਂ ਨਾਲੋਂ ਜ਼ਿਆਦਾ ਤੇ ਇਹ ਨਹੀਂ ਕਿ ਥੋੜ੍ਹੀ ਬਹੁਤ ਹੀ ਜ਼ਿਆਦਾ ਇੱਕ ਤਾਂ ਹੁੰਦਾ ਨਾ ਵੀ 100-200 ਜ਼ਿਆਦਾ 10,000 ਪਲੱਸ ਜ਼ਿਆਦਾ ਇੱਥੇ ਔਰਤਾਂ ਦੀ ਗਿਣਤੀ ਮੈਂ ਜਿਸ ਕੰਟੈਕਸਟ 'ਚ ਕਹਿ ਰਿਹਾ ਸੀ ਮੈਂ ਉਹ ਕਹਿ ਰਿਹਾ ਸੀਗਾ ਵੀ ਉਦੋਂ ਮੈਂ ਉਹਨਾਂ ਨੂੰ ਗੱਲ ਕਰਦੇ ਮੈਂ ਤੁਸੀਂ ਆ ਮੈਂ ਗੱਲ ਕੀਤੀ ਸੀ ਵੀ ਝੋਸਾ ਵਾਸਤੇ ਮੈਂ ਕਿਹਾ ਮੈਂ ਆਪਣੇ ਮੂੰਹੋਂ ਵਡਿਆਈ ਕਰਦਾ ਆਪਣੇ ਪਰਿਵਾਰ ਦੀ ਬੱਚੇ ਦੀ ਕਰਤੀ ਉਹਦਾ ਮੇਰਾ ਫਖਰ ਹੈ ਮੈਨੂੰ ਇਸ ਗੱਲ ਦਾ ਵੀ ਉਹ ਮੈਂ ਜਦੋਂ ਗੱਲ ਕਰ ਰਿਹਾ ਸੀ ਉਹਨਾਂ ਨਾਲ ਅਤੇ ਡਿਊਰਿੰਗ ਉਹਨਾਂ ਨੇ ਆਪਣੀ ਜੋ ਗੱਲ ਕਹਿ ਰਹੇ ਸੀ ਹਰੇਕ ਵਾਰਡ ਦੇ ਇੰਚਾਰਜਿਸ ਉਹਨਾਂ ਨੇ 2-3 ਵਾਰੀ ਗੱਲ ਕਰਦਿਆਂ ਕਿਹਾ ਸੰਦੀਪ ਜੀ ਫਿਰ ਕਹਿੰਦੇ ਨਹੀਂ ਸੋਰੀ ਸੁਨੀਲ ਜੀ ਫਿਰ ਕਿਸੇ ਨੇ ਗੱਲ ਕਰਦਿਆਂ ਅੱਜ ਮੈਂ ਸਵਾਗਤ ਕਰਦੀ ਹਾਂ ਸੰਦੀਪ ਜੀ ਦਾ ਉਹ ਸੁਨੀਲ ਜੀ ਦਾ ਮੈਂ ਕਿਹਾ ਸੋਰੀ ਨਾ ਕਹੋ ਮੈਂ ਕਿਹਾ ਮੈਂ ਇਹ ਜੇ ਇੱਕ ਫੇਸ 'ਚ ਹਾਂ ਜਿੱਥੇ ਮੇਰਾ ਅੱਧਾ ਕੁ ਰਾਜਨੀਤਿਕ ਕੈਰੀਅਰ ਜਾਂ ਹੁਣ ਤਾਂ ਇਹਦਾ ਜਿਹੜਾ ਕੈਰੀਅਰ ਸੀਗਾ ਉਹਦੇ ਵਿੱਚ ਈਵਨ ਅਸੈਂਬਲੀ ਦੇ ਅੰਦਰ ਵੀ ਜਾਂ ਕਿਤੇ ਬਾਹਰ ਪਬਲਿਕ ਫੰਕਸ਼ਨ 'ਚ ਚਾਹੇ ਈਵਨ ਗੁਰਦਾਸਪੁਰ ਚਾਹੇ ਉੱਥੇ ਐਨ ਦੀਨਾਨਗਰ ਅੱਗੇ ਤਾਂ ਜਾਂਦੇ ਰਹੇ ਉੱਥੇ ਵੀ ਕਿਤੇ ਨਾ ਕਿਤੇ ਸਟੇਜ 'ਤੇ ਖੜਾ ਹੋ ਕੇ ਕੋਈ ਗੱਲ ਕਰਦੇ ਜੀ ਬਲਰਾਮ ਜੀ ਜਾਖੜ ਬੈਠੇ ਹੈ ਫਿਰ ਉਹ ਨਹੀਂ ਜੀ ਮੈਂ ਸੁਨੀਲ ਖੜਾ ਉਹ ਮੈਂ ਕਹਿੰਦਾ ਨਾ ਸੋਰੀ ਵਾਲੀ ਗੱਲ ਹੀ ਨਹੀਂ ਮੈਨੂੰ ਤਾਂ ਫਖਰ ਹੈ ਬਿਲਕੁਲ ਇਸ ਗੱਲ ਦਾ ਸਾਡੇ ਦਾ ਵਜੂਦ ਹੀ ਰਾਜਨੀਤਿਕ ਵਜੂਦ ਉਹਨਾਂ ਦੀ ਬਨਿਸਪਤ ਹੈ ਸਾਹਿਬ ਅੱਜ ਜੇ ਸਾਨੂੰ ਕੋਈ ਮੌਕਾ ਮਿਲਿਆ ਕਿਸੇ ਨੇ ਪਾਰਟੀ ਨੇ ਜਾਂ ਲੋਕਾਂ ਨੇ ਕਿਹਾ ਤਾਂ ਉਹਨਾਂ ਦੇ ਨਾਸ ਤਾਂ ਉਹਨਾਂ ਨਾਂ ਦੀ ਖੱਟੀ ਖਾਈ ਜਾਂਦੇ ਹਾਂ ਕਹਿ ਤਾਂ ਉਹਨਾਂ ਕਾ ਹੀ ਨੂਰ ਹੈ ਜੋ ਝਲਕਦਾ ਇਸ ਚਿਹਰੇ 'ਤੇ ਵਰਨਾ ਇਹਨਾਂ ਦੇ ਰੋ ਮੈਂ ਦੇਖਤਾ ਕੌਣ ਥਾ ਸਭ ਹਾਂ ਤੁਸੀਂ ਉਹਨਾਂ ਨੇ ਅਤੇ ਮੈਂ ਕਿਹਾ ਉਹਨਾਂ ਵਾਲਾ ਜਦੋਂ ਫੇਸ ਪੂਰਾ ਹੋਇਆ ਤਾਂ ਉਹਨੂੰ ਉਸ ਗੱਲ ਦਾ ਫਿਕਰ ਸੀ ਮੈਂ ਕਿਹਾ ਹੁਣ ਸਾਨੂੰ ਆਪਣੇ ਬੱਚਿਆਂ ਦੇ ਨਾਮ ਨਾਲ ਜਾਣਨ ਲੱਗੇ ਵੀ ਸੰਦੀਪ ਜੀ ਮੈਂ ਕਿਹਾ ਮੇਰੇ ਵਾਸਤੇ ਦੋਨੋਂ ਹੀ ਬੜੇ ਫਖਰ ਦੀਆਂ ਗੱਲਾਂ ਵੀ ਆਈ ਐਮ ਵੈਰੀ ਪ੍ਰਾਊਡ ਵਾਹਿਗੁਰੂ ਦੀ ਮੈਂ ਸਭ ਤੋਂ ਵੱਡੀ ਮਿਹਰ ਹੈ ਵੀ ਬੜੇ ਘੱਟ ਪਰਿਵਾਰ ਜਿਹੜੇ ਆ ਜੁਆਇੰਟ ਫੈਮਿਲੀ 'ਚ ਰਹਿ ਗਈ ਤੁਸੀਂ ਦੇਖ ਲਿਓ ਸਾਹਿਬ ਇੱਧਰ ਚੱਕੀ ਮਾਰ ਕੇ ਦੇਖੋਗੇ ਸਾਡੇ 'ਤੇ ਬੜੀ ਪਰਮਾਤਮਾ ਦੀ ਮਿਹਰ ਹੈ ਸਾਹਿਬ ਅੱਛਾ ਸਾਰੇ ਇਕੱਠੇ ਸਾਡੇ ਇਕੱਠੇ ਸਾਹਿਬ ਆਹੀ ਸਟਰੈਂਥ ਹੈ ਸਾਹਿਬ ਸਾਡੀ ਸਾਡੇ ਸਾਰੇ ਹਮੇਸ਼ਾ ਹੀ ਇਕੱਠੇ ਤੁਰੇ ਰਹਿੰਦੇ ਹਾਂ ਆਹੀ ਸਾਨੂੰ ਸੀਖ ਸੀ ਵੀ ਏਕੇ ਦੇ ਅੰਦਰ ਸਭ ਕੁਛ ਹੈ ਆਪਸ 'ਚ ਪਿਆਰ ਹੈ ਵਾਹਿਗੁਰੂ ਦੀ ਮਿਹਰ ਹੈ ਸਾਹਿਬ ਨਹੀਂ ਇਹ ਤਾਂ ਫਿਰ ਬਹੁਤ ਚੰਗੀ ਗੱਲ ਆ ਹੈ ਨਾ ਮਤਲਬ ਚਲੋ ਰਾਜਨੀਤੀ ਇਸ ਕਰਕੇ ਆਹ ਵੀ ਚੋਸ ਸਾਹਿਬ ਦੀ ਦੇਣ ਹੈ ਸਾਹਿਬ ਉਹਨਾਂ ਨੇ ਜੋ ਸੰਸਕਾਰ ਦਿੱਤੇ ਜਿਹਨਾਂ ਹਿਸਾਬ ਨਾਲ ਅਸੀਂ ਚੱਲੇ ਹਾਂ ਜੋ ਕੁਛ ਉਹਨੇ ਸਿਖਾਇਆ ਜੋ ਕੁਛ ਅਸੀਂ ਦੇਖਿਆ ਉਹ ਹੀ ਸਿੱਖਿਆ ਸਭ ਉਹ ਹੀ ਸੰਸਕਾਰ ਲਈ ਫਿਰਦੇ ਹਾਂ ਕਿੰਨੂਆਂ ਦੀ ਕਹਾਣੀ ਦੱਸੋ ਮੈਨੂੰ ਕਿਸੇ ਨੇ ਕਿਹਾ ਮੈਨੂੰ ਨਹੀਂ ਪਤਾ ਇਹ ਗੱਲ ਸੱਚੀ ਆ ਝੂਠੀ ਆ ਹੁਣ ਇਹਦੇ ਬਾਰੇ ਤੁਸੀਂ ਜ਼ਿਆਦਾ ਡਿਟੇਲ 'ਚ ਦੱਸ ਸਕਦੇ ਹੋ ਕਿੰਨੂ ਨੂੰ ਕੈਲੀਫੋਰਨੀਆ ਤੋਂ ਪੰਜਾਬ ਤੱਕ ਦਾ ਨਹੀਂ ਪਤਾ ਨਹੀਂ ਕਿੰਨਾ ਕੁ ਵਿਟਾਮਿਨ ਸੀ ਕੈਲੀਫੋਰਨੀਆ 'ਚ ਹੀ ਰਹਿ ਜਾ ਮੈਂ ਤੁਹਾਨੂੰ ਦੱਸਦਾ ਜੀ ਇਸ 'ਚ ਅੱਜ ਮੇਰੇ ਕੋਲ ਫੋਟੋਗ੍ਰਾਫ ਹੈ ਨਹੀਂ ਮੈਂ ਕਿਤੇ ਤੁਹਾਨੂੰ ਦਿਖਾਉਂਦਾ ਤੁਸੀਂ ਜਿਹਨੂੰ ਹੀਰੋ ਦੱਸੀ ਜਾਂਦੇ ਮੇਰੇ ਕੋਲ ਉਹ ਫੋਟੋ ਪਈ ਹੈ ਜਦੋਂ ਮੈਂ ਐਡਾ ਹੈਗੇ ਹਾਂ ਜੋ ਸਭ ਜਦੋਂ ਲਾਏ ਸੀ ਬੂਟੇ ਕਿੰਨੂ ਤਾਂ ਬਹੁਤ ਬਾਅਦ 'ਚ ਆਇਆ ਜੀ ਪਹਿਲਾਂ ਮਾਲਟੇ ਲਾਏ ਅੱਛਾ ਪਹਿਲਾਂ ਮਾਲਟੇ ਓਕੇ ਟਿੱਬੇ ਸੀਗੇ ਜੀ ਇੱਥੇ ਹਾਂ ਤੁਸੀਂ ਆ ਤਾਂ ਤੁਹਾਡੇ ਵਾਲੇ ਪਾਸੇ ਵੀ ਕਿਹੜੇ ਟਿੱਬੇ ਹੈ ਨਹੀਂ ਸੀ ਮਾਨਸਾ ਵਾਲੇ ਏਰੀਆ ਸਾਰਾ ਉੱਥੇ ਵੀ ਟਿੱਬੇ ਸੀਗੇ ਅਤੇ ਇੱਥੇ ਸਾਡੇ ਤਾਂ ਕੰਮ ਸਾਰੇ ਇਸ ਤਰ੍ਹਾਂ ਰਾਜਸਥਾਨੀ ਸੀਗੇ ਸਭ ਸਾਡਾ ਜਿਹੜਾ ਆਖਰੀ ਪਿੰਡ ਹੈ ਮੌਜਗੜ ਦੇ ਬਾਅਦ ਗੁੰਜਾਲ ਆ ਜਾਂਦਾ ਉਹਦਾ ਰਾਜਸਥਾਨ ਹੈ ਜੀ ਉਹਦਾ ਮਤਲਬ ਅੱਧਾ ਕੁ ਪਿੰਡ ਦੇ ਕਈ ਜਿਹੜੇ ਉਹ ਗੰਗਾਨਗਰ 'ਚ ਪੈਂਦੇ ਉਹਦੇ ਨਾਲ ਲੱਗਦੇ ਸੋ ਇਟ ਵਾਜ਼ ਟਿੱਬੇ ਸੀਗੇ ਹਨੇਰੀਆਂ ਚੱਲਦੀਆਂ ਸੀ ਪਾਣੀ ਦਾ ਤੋਪਾ ਇੱਥੇ ਹੈ ਨਹੀਂ ਸੀ ਅਤੇ ਜਦੋਂ ਟਿੱਬਿਆਂ 'ਤੇ ਉਹਨਾਂ ਨੇ ਲਾਏ ਬੂਟੇ ਲਾਏ ਸਾਰੇ ਕਹਿੰਦੇ ਸੀ ਕਿਉਂਕਿ ਮੇਰੇ ਦਾਦਾ ਜੀ ਦੀ ਡੈਥ ਜਦੋਂ ਚੋ ਸਾਹਿਬ ਛੋਟੇ ਸੀਗੇ ਕਾਲਜ 'ਚੋਂ ਆਏ ਸੀ ਆਉਂਦੇ ਉਹ ਉਹਨਾਂ ਦਿਨਾਂ 'ਚ ਉਹਨਾਂ ਦੀ ਡੈਥ ਹੋ ਗਈ ਉੱਥੋਂ ਲਾਹੌਰ ਤੋਂ ਵਾਪਿਸ ਜਦੋਂ ਆਏ ਉਹਨਾਂ ਨੇ ਆਹ ਕੰਮ ਚਾਲੂ ਕੀਤਾ ਲੋਕ ਕਹਿੰਦੇ ਸੀ ਕਹਿੰਦਾ ਚੌਧਰੀਆਂ ਦਾ ਮੁੰਡਾ
ਬਾਪ ਪੈਸੇ ਛੱਡ ਕੇ ਗਿਆ ਉਜਾੜੂਗਾ ਕਹਿੰਦਾ ਟਿੱਬਿਆਂ 'ਚ ਬਾਗ ਲੱਗਦੇ ਹੁੰਦੇ ਕਿਤੇ ਅੱਛਾ ਤਿੰਨ ਵਾਰੀ ਇੱਕ ਵਾਰੀ ਨਹੀਂ ਤਿੰਨ ਵਾਰੀ ਉਹਨਾਂ ਨੇ ਪਹਿਲਾਂ ਬਾਲਟੇ ਦੇ ਬਾਗ ਲਾਇਆ ਅੱਛਾ ਤਿੰਨ ਵਾਰੀ ਸਾਰੇ ਦਾ ਸਾਰਾ ਬਾਗ ਸੜਿਆ ਇੱਕ ਜਿਹੜੀ ਗੱਲ ਉਹ ਮੈਨੂੰ ਤਾਂ ਉਸ ਟਾਈਮ ਦਾ ਹੁਣ ਯਾਦ ਨਹੀਂ ਜਿਹੜੇ ਹੈ ਉਹਨਾਂ ਨੇ ਪਹਿਲੇ ਜਦੋਂ ਲਾਏ ਹੈ ਉਹ ਜਦੋਂ ਲਾਈਆਂ ਬੂਟੇ ਲਾਏ ਹੈ ਤੇ ਹਨੇਰੀ ਚੱਲਦੀ ਸੀ ਸਾਹਿਬ ਲੂ ਨਾਲ ਪਹਿਲੇ ਵਾਰੀ ਜੋ ਸੜ ਗਏ ਤਾਂ ਉਹਨੇ ਕਿਹਾ ਅਗਲੀ ਵਾਰੀ ਉਹ ਪੁਰਾਣੀ ਪਤਲੀ ਸਾੜੀਆਂ ਹੁੰਦੀਆਂ ਸੀ ਐਨ ਕਸੀਆਂ ਜਿਹੜੀ ਮਿਲਦੀਆਂ ਸੀ ਉਹ ਲਿਆ ਲਿਆ ਕੇ ਲਪੇਟੀਆਂ ਵੀ ਸ਼ਾਇਦ ਤਣਾ ਬਚ ਜੇ ਇਹਦਾ ਬੂਟੇ ਦਾ ਉਹ ਹੋਇਆ ਕਿ ਪ੍ਰੈਕਟੀਕਲ ਜਦੋਂ ਪਤਾ ਲੱਗਦਾ ਨਾ ਕਹਿਣ ਨੂੰ ਤਾਂ ਥਿਓਰੀਟਿਕਲੀ ਤਾਂ ਸਹੀ ਹੈ ਵੀ ਇਸ ਲਪੇਟ ਦਾ ਹੁਣ ਨਹੀਂ ਸੜਨੀ ਰੂ ਲੂ ਨਾਲ ਗਰਮੀ ਨਾਲ ਉਹ ਜਦੋਂ ਰੇਤਾ ਉੱਡਿਆ ਉਹ ਰੇਤਾ ਅੰਦਰ ਪੈ ਗਿਆ ਉਹ ਹੋਰ ਤਪ ਗਿਆ ਜੀ ਕੰਮ ਅੱਛਾ ਉਹ ਜਮਾ ਹੀ ਸੜ ਗਿਆ ਜੀ ਉਹਦੇ ਬਾਅਦ ਫਿਰ ਕਾਮਯਾਬ ਕੀਤਾ ਉਹਨੂੰ ਫਿਰ ਅੰਗੂਰ ਲਾਏ ਸਾਹਿਬ ਅੰਗੂਰ ਲਾਉਣ ਦੇ ਵਿੱਚ ਮੈਂ ਇੱਕ ਦਿਨ ਅਸੈਂਬਲੀ 'ਚ ਡਿਬੇਟ ਹੋ ਰਹੀ ਸੀ ਮੈਂ ਆਦੇਸ਼ ਪ੍ਰਤਾਪ ਕਹਿ ਰਿਹਾ ਫੂਡ ਮਿਨਿਸਟਰ ਸੀ ਮੈਂ ਉਹਨਾਂ 'ਤੇ ਕਈ ਜਦੋਂ ਕੈਰੋਸੀਨ ਆਇਲ ਦਾ ਮਸਲਾ ਸੀ ਮੈਂ ਉਸ ਕਪਲੇ ਦੀ ਗੱਲ ਕਰੀ ਜਾਂਦਾ ਸੀ ਉਹ ਖੜ੍ਹੇ ਹੋ ਕੇ ਤੁਸੀਂ ਜਾਖੜ ਸਾਹਿਬ ਮੈਨੀ ਗੱਲ ਬੜਾ ਤੁਸੀਂ ਕਹਿ ਰਹੇ ਹੋ ਯੇ ਮੈਂ ਕਿਹਾ ਮੈਂ ਆਦੇਸ਼ ਪ੍ਰਤਾਪ ਜੀ ਸਾਡੇ ਪਰਿਵਾਰ ਦੇ ਅੰਦਰ ਕੈਰੋਂ ਸਾਹਿਬ ਦਾ ਜਿਹੜਾ ਰਿਕਾਰਡ ਹੈ ਕਿਉਂਕਿ ਕੈਰੋਂ ਸਾਹਿਬ ਨੇ ਖੁਦ ਜਾਖੜ ਸਾਹਿਬ ਨੂੰ ਕਹਿ ਕੇ ਕਹਿੰਦਾ ਬਲਰਾਮ ਤੁਸੀਂ ਬਾਗ ਲਾਓ ਅੰਗੂਰ ਲਾਓ ਅੱਛਾ ਅਤੇ ਚੋਰ ਸਾਹਿਬ ਕਿਉਂਕਿ ਉਦੋਂ ਜਵਾਨ ਸੀ ਨਵੇਂ ਸੀ ਉਹਨਾਂ ਨੇ ਕਹਿੰਦੇ ਬਾਗ ਉਹ ਵੀ ਟਰਾਈ ਕਰਕੇ ਦੇਖ ਲੈਂਦੇ ਕਹਿੰਦੇ ਨਹੀਂ ਪਾਣੀ ਕਹਿੰਦੇ ਜੀ ਪਾਣੀ ਕਿੱਥੋਂ ਲੈ ਕਹਿੰਦਾ ਪਾਣੀ ਮੈਂ ਆਈ ਵਿਲ ਇਨਸ਼ੋਰ ਵੀ ਪਾਣੀ ਤੁਹਾਨੂੰ ਜਦੋਂ ਬਾਗਾਂ ਦਾ ਪਾਣੀ ਵਧਾਇਆ ਸਭ ਠੀਕ ਉਸ ਟਾਈਮ ਦੀਆਂ ਗੱਲਾਂ ਜਦੋਂ ਉਹਨਾਂ ਨੇ ਕੈਰੋਂ ਸਾਹਿਬ ਨੇ ਕਿਹਾ ਮੈਂ ਬਾਗ ਲਾਓ ਪਾਣੀ ਦਾ ਲਾਲਚ ਸੀਗਾ ਕਿਸਾਨ ਨੂੰ ਸਾਡੇ ਅੱਜ ਵੀ ਪਾਣੀ ਦੀ ਮਾਰਾਮਾਰੀ ਉਦੋਂ ਵੀ ਸੀਗੀ ਅਤੇ ਉਹਨਾਂ ਨੇ ਕਿਹਾ ਵੀ ਬਾਗ ਲਾਓ ਪਾਣੀ ਮੈਂ ਇਨਸ਼ੋਰ ਕਰੂੰਗਾ ਵੀ ਪਾ ਜਿੱਥੇ ਬਾਗ ਲੱਗਿਆ ਹੋਊਗਾ ਜਿਹੜੀ ਗਿਰਦਾਵਰੀ ਉਹਦਾ ਪਾਣੀ ਵਧਾ ਕੇ 2.5 ਗੁਣਾ ਪਾਣੀ ਬਿਲਕੁਲ ਮਿਲਦਾ ਅਤੇ ਫਿਰ ਲਾਈਏ ਕਿਵੇਂ ਅੰਗੂਰ ਹਾਂ ਉਹਨਾਂ ਨੇ ਇੱਕ ਤਾਂ ਡਾਕਟਰ ਪੰਸਾਰੇ ਸੀਗੇ ਓਕੇ ਹਾਰਟੀਕਲਚਰ ਡਿਪਾਰਟਮੈਂਟ ਦੇ ਹਾਂ ਇੱਕ ਸੀਗੇ ਸਾਡੇ ਉਹ ਤਾਂ ਮੈਂ ਤਾਂ ਸਾਡੇ ਤਾਊ ਹੈ ਜੀ ਬੈਂ ਆਪਣੇ ਮਜੈਲ ਸਾਹਿਬ ਸਰਦਾਰ ਨਾਮ ਸਿੰਘ ਮਜੈਲ ਅੱਛਾ ਉਹ ਦੋਵੇਂ ਉਹਨਾਂ ਨੇ ਭੇਜੇ ਇੱਥੇ ਜੱਖ ਸਾਹਿਬ ਕੋਲ ਦੋਨੋਂ ਲੈ ਕੇ ਜੱਖ ਸਾਹਿਬ ਨੂੰ ਹੈਦਰਾਬਾਦ ਗਏ ਅੱਛਾ 3 ਮਹੀਨੇ ਉਹਨਾਂ ਨੇ ਹੈਦਰਾਬਾਦ ਲਾਏ ਉੱਥੇ ਜਾ ਕੇ ਸਾਰਾ ਦੇਖਿਆ ਪ੍ਰੈਕਟੀਕਲ ਸਿੱਖਿਆ ਸਮਝਿਆ ਉਹਦੇ ਬਾਅਦ ਹਰਨਾਮ ਤਾਊ ਤਾਂ ਸਾਡੇ ਕੋਲ ਹੀ ਰਹਿ ਗਏ ਉਹਨਾਂ ਨੇ ਉਹਨਾਂ ਦੇ ਦੋਨੋਂ ਬੇਟੀਆਂ ਸੀ ਸਾਡੀਆਂ ਭੈਣਾਂ ਉਹ ਅੱਜ ਵੀ ਹੈ ਉਹ ਉਹਨਾਂ ਦੀ ਸ਼ਾਦੀ ਹੋ ਗਈ ਸੀ ਅਤੇ ਉਹ ਘਰੇ ਹੈ ਨਹੀਂ ਸੀ ਤਾਂ ਉਹ ਪਰ ਸਾਡੇ ਕੋਲ ਉਹਨਾਂ ਨੇ ਟਿਲ ਦਾ ਲਾਸਟ ਮੂਮੈਂਟ ਸਟੇਟ ਵਿਦ ਅਸ ਜਦੋਂ ਚੋ ਸਭ ਸਪੀਕਰ ਸੀ ਸਾਡੇ ਨਾਲ ਉੱਥੇ ਸਪੀਕਰ ਹਾਊਸ 'ਚ ਸਾਡੇ ਕੋਲ ਰਹਿੰਦੇ ਸੀ ਬਹੁਤ ਹੀ ਮੈਂ ਕਿ ਬਹੁਤ ਹੀ ਆਲਾ ਦਰਜੇ ਦੇ ਇਨਸਾਨ ਓਕੇ ਅਤੇ ਚੋ ਸਾਹਿਬ ਦੇ ਨਾਲ ਅਸਲ ਭਾਈਚਾਰਾ ਉਹ ਸੀਗਾ ਚਾਹੇ ਉਹ ਹਿੰਦੂ ਸਿੱਖ ਵਾਲੀ ਗੱਲ ਹੈ ਨਹੀਂ ਸੀ ਸਾਡੇ ਤਾਂ ਤਾਊ ਸੀ ਪਰ ਉਹ ਰਹੇ ਜੀ ਉਹਨਾਂ ਨੇ ਫਿਰ ਬਾਗ ਲਾਇਆ ਫਿਰ ਅੰਗੂਰ ਲਾ ਲਏ ਜੀ ਉੱਥੇ ਅੰਗੂਰ ਲੱਗ ਗਏ ਜੀ ਲੋਕ ਦੇਖਣ ਉਹ ਪਾਵਰ ਸਿਸਟਮ ਟੈਲੀਫੋਨ ਸਿਸਟਮ ਲਾਇਆ ਲੋਕ ਕਹਿੰਦੇ ਕਮਲਾ ਹੋਇਆ ਫਿਰਦਾ ਕੀ ਕਰੀ ਜਾਂਦਾ ਫਿਰ ਇੱਕ ਦਿਨ ਗੱਲ ਕਰਦੇ ਉਹਨਾਂ ਨੇ ਕਿਹਾ ਕਹਿੰਦਾ ਸੁਨੀਲ ਤੇਰੇ ਕੋਲ ਫਰਾਂਸ ਭੇਜੇਗੇ ਮੈਂ ਕਿਹਾ ਜੀ ਉਹ ਕਿਉਂ ਕਹਿੰਦਾ ਆਪਣੇ ਘਰੇ ਕੋਈ ਦਾਰੂ ਪੀਣ ਵਾਲਾ ਨਹੀਂ ਵਾਈਨ ਟੇਸਟਿੰਗ ਵਾਲਾ ਕੋਈ ਮੁੰਡਾ ਤਾਂ ਤਿਆਰ ਕਰੀਏ ਕੱਲ੍ਹ ਕੋਈ ਆਪਾਂ ਵੀ ਇੱਥੇ ਲਾਵਾਂਗੇ ਫੈਕਟਰੀ ਫੁਕਟਰੀ ਕੋਈ ਵਾਈਨ ਦੀ ਲਾਵਾਂਗੇ ਅਤੇ ਕਰੀਏ ਸਾਡੇ ਤਾਂ ਆਹ ਨੋਬਸ ਸੀ ਜੀ ਫਿਰ ਉਹਨਾਂ ਦਿਨਾਂ 'ਤੇ ਸਭ ਪਰਚੇਜ਼ਿੰਗ ਪਾਵਰ ਹੈ ਨਹੀਂ ਸੀ ਉਦੋਂ ਬੇਅਰ ਖਰੀਦਣ ਦੇ ਪੈਸੇ ਹੈ ਨਹੀਂ ਸੀ ਅੰਗੂਰ ਖਰੀਦਣੇ ਕਿਹਨੇ ਸੀ ਸਾਹਿਬ ਉਹਨਾਂ ਦਿਨਾਂ ਦੀ ਗੱਲ ਸੁਣੋ ਸਾਹਿਬ ਉਹਨਾਂ ਨੇ ਪਰ ਅੰਗੂਰ ਉੱਦਾਂ ਕਾਮਯਾਬ ਹੋ ਗਏ ਸੀ ਕਾਮਯਾਬ ਹੋ ਗਏ ਜੀ ਉਸ 'ਚ ਇੱਕ ਕਮਰਸ਼ੀਅਲ ਫਲੋ ਸੀਗਾ ਜੀ ਇੱਕ ਤਾਂ ਮਾਰਕੀਟ ਹੈ ਨਹੀਂ ਕਾਹਦੇ ਕਾਮਯਾਬ ਹੋ ਗਏ ਜਦੋਂ ਮਾਰਕੀਟ ਹੈ ਨਹੀਂ ਖਰੀਦੇ ਕੌਣ ਦੂਜਾ ਜਿਨ੍ਹਾਂ ਦਿਨਾਂ 'ਚ ਸਾਡਾ ਅੰਗੂਰ ਤਿਆਰ ਉਹਨਾਂ ਦਿਨਾਂ 'ਚ ਬਰਸਾਤ ਦਾ ਟਾਈਮ ਆ ਜਾਂਦਾ ਸੀ ਉਹ ਇੱਕ ਕਣੀ ਡਿੱਗੀ ਨਹੀਂ ਪੂਰਾ ਗੁੱਛਾ ਸੜ ਜਾਂਦਾ ਸੀਗਾ ਬੋਡੀ ਚੋ ਸਾਹਿਬ ਨੇ ਲੜਾਈ ਕੀਤੀ ਬਾਅਦ 'ਚ ਵੀ ਐਜ਼ ਐਗਰੀਕਲਚਰ ਮਿਨਿਸਟਰ ਜਿਬਰੋਲਿਕ ਐਸਿਡ ਹੈ ਜੀ ਇੱਕ ਜਿਹਦੇ ਵਿੱਚ ਉਹਨੂੰ ਗੁੱਛੇ ਨੂੰ ਉਹ ਡੁਬਾ ਕੇ ਉਹਨੂੰ ਉਹਦੀ ਕਰਦੇ ਹੈ ਉਹਦੇ ਟੈਕਸ ਬਹੁਤ ਸੀਗਾ ਕਸਟਮ ਡਿਊਟੀ ਲੱਗਦੀ ਸੀ ਜਦੋਂ ਬਣੇ ਸਪੀਕਰ ਉਹਦੇ ਹਟਵਾਈ ਕਿਉਂਕਿ ਮਹਾਰਾਸ਼ਟਰ ਪੂਨਾ ਜਿਹੜੇ ਆ ਬਣੇ ਹੈ ਉਹਦੇ ਵਿੱਚ ਉਹ ਸਾਹਿਬ ਅੱਜ ਵੀ ਤੁਸੀਂ ਜਾ ਕੇ ਦੇਖੋ ਉਹਨਾਂ ਦੇ ਘਰਾਂ 'ਚ ਮਹਾਰਾਸ਼ਟਰ ਵਾਲਿਆਂ ਦੇ ਜ਼ਿਆਦਾ ਫੋਟੋਆਂ ਮਿਲਣਗੀਆਂ ਜਾਖੜ ਸਾਹਿਬ ਦੇ ਕਿਸਾਨਾਂ ਦੇ ਘਰੇ ਓਕੇ ਜਿਹੜੇ ਇੱਥੇ ਨਾਮ ਮਿਲਣਗੀਆਂ ਕਿਉਂਕਿ ਉਹਨਾਂ ਨੇ ਜਿਹੜੇ ਲਗਨ ਨਾਲ ਕਿ ਉਹਨਾਂ ਦੇ ਕਿਸਾਨੀ ਇੱਥੇ ਵੱਸਦੀ ਸੀ ਆਪ ਉਹਦੇ ਬਾਅਦ 'ਚੋਂ ਸਭ ਜਰਮਨੀ ਟਾਈਮ ਲਾ ਕੇ ਆਏ ਉਹਨਾਂ ਨੂੰ ਭੇਜਿਆ ਜਾ ਕੇ ਸਿੱਖ ਕੇ ਆਓ ਉੱਥੋਂ ਰਾਮਨਿਵਾਸ ਮਿਰਦਾ ਜੀ ਇਹਦੇ ਸੀਗੇ ਉਦੋਂ ਸਾਡੇ ਰਿਲੇਟਿਵ ਸੀਗੇ ਹੀ ਬਿਕੇਮ ਦਾ ਯੂਨੀਅਨ ਹੋਮ ਮਿਨਿਸਟਰ ਮਿਨਿਸਟਰ ਆਫ ਸਟੇਟ ਉਹਨਾਂ ਨੇ ਫਿਰ ਉੱਥੇ ਉਹ ਜਿਹੜੀ ਸੀਗੀ ਆਪਸ 'ਚ ਕਰਦੇ ਨਾਲ ਇੰਟਰੈਕਟਿਵ ਜਿਹੜੇ ਸੀਗੇ ਫਾਰਮਿੰਗ ਉਹਨਾਂ ਦੇ ਫਾਰਮਰਸ ਇੱਥੇ ਆਏ ਉਹ ਉੱਥੇ ਗਏ ਉਹਨਾਂ ਨੂੰ ਸ਼ੌਂਕ ਸੀਗਾ ਕਿ ਜਜ਼ਬਾ ਸੀਗਾ ਬੇਸਿਕਲੀ ਫਾਰਮਰ ਐਟ ਹਾਰਟ ਬਾਕੀ ਗੱਲਾਂ ਬਾਅਦ 'ਚ ਕਿਸਾਨ ਪਹਿਲਾਂ ਸੀਗੇ ਬਾਕੀ ਗੱਲਾਂ ਹੋਰ ਸੀਗੀਆਂ ਪਰ ਉਹਨਾਂ ਨੇ ਬੜੀ ਖੇਚਲ ਕਰਕੇ ਫਿਰ ਉਹ ਗੁੱਛੇ 'ਚ ਉਹ ਕਰਕੇ ਸਰ ਫਿਰ ਉਹ ਪੱਟਣਾ ਪਿਆ ਫਿਰ ਬਾਗ ਫਿਰ ਕਿਨੂੰ ਲੈ ਕੇ ਆਏ ਫਿਰ ਕਿਨੋਂ ਅਜਿਹਾ ਲੈ ਕੇ ਆਏ ਕਿਉਂਕਿ ਜਿਹੜਾ ਮਾਲਟਾ ਆਇਆ ਸੀ ਉਹ ਟੈਕਨੀਕਲ ਗੱਲਾਂ ਆਇਆ ਰੂਟ ਸਟੋਕ 'ਚ ਕੋਈ ਇਸ਼ੂ ਸੀਗਾ ਇੱਕਦਮ ਹੀ ਸਾਰੇ ਇਲਾਕੇ 'ਚ ਜਦੋਂ ਮਾਲਟਾ ਹੋ ਗਿਆ ਮਾਲਟਾ ਫਲੋਪ ਹੋ ਗਿਆ ਜੀ ਸਾਰਾ ਬਾਗ ਜਿਹੜੇ ਤੁਸੀਂ ਦੇਖਦੇ ਹੋ ਪਹਿਲਾਂ ਮਾਲਟੇ ਦੇ ਸੀਗੇ ਜੀ ਕਿਨੋਂ ਬਾਅਦ 'ਚ ਪਹਿਲਾਂ ਮਾਲਟਾ ਸੀਗਾ ਮਾਲਟਾ ਜਦੋਂ ਫੇਲ ਹੁਣ ਬੜੇ ਗਿਣੇ ਚੁਣੇ ਕਿਸੇ ਬਚ ਗਏ ਬਾਗ
ਉਹਨਾਂ ਦੀ ਬਹੁਤ ਅੱਜ ਚੜ੍ਹਤ ਹੈ ਸਭ ਉਹ ਮਾਲਟੇ ਦੀ ਵੈਲਿਊ ਬਹੁਤ ਜ਼ਿਆਦਾ ਹੋ ਗਈ ਚੀਨ ਉਹਨਾਂ ਨਾਲੋਂ ਵੀ ਜ਼ਿਆਦਾ ਹੋ ਗਿਆ ਮਾਲਟੇ ਦਾ ਕਿਉਂਕਿ ਉਹ ਪ੍ਰੋਸੈਸ ਹੋ ਜਾਂਦਾ ਕਿਨੋ ਇਜ਼ ਬੇਸਿਕਲੀ ਅ ਟੇਬਲ ਫਰੂਟ ਕੈਨ ਨਾਟ ਬੀ ਪ੍ਰੋਸੈਸਡ ਆ ਪਲਾਂਟ ਤਾਂ ਲੱਗੇ ਆ ਉਹਦੇ ਵਿੱਚ ਬਿਟਰਨੈਸ ਆ ਜਾਂਦੀ ਹੈ ਉਹਦੀ ਫਿਰ ਡੀ ਬਿਟਰਿੰਗ ਮਸ਼ੀਨਾਂ ਲੈ ਕੇ ਆਏ ਸਰ ਹੀ ਵਾਜ਼ ਵੇ ਅਹੈਡ ਆਫ ਹਿਸ ਟਾਈਮਸ ਵੇ ਅਹੈਡ ਆਫ ਹਿਸ ਟਾਈਮਸ ਤੁਸੀਂ ਅੱਜ ਕੱਲ੍ਹ ਕੈਲੀਫੋਰਨੀਆ ਤੁਸੀਂ ਨਹੀਂ ਕਿਨੋ ਹੈ ਬੇਸਿਕਲੀ ਉੱਥੇ ਅਮੈਰੀਕਾ ਚ ਇਜ਼ ਮਿਕਸ ਬਿਟਵੀਨ ਸਿਟਰਸ ਐਂਡ ਮੈਂਡਰਿਨ ਉਹਨਾਂ ਨੇ ਕੀਤਾ ਸੀ ਉਹਦੇ ਬਾਅਦ ਪਾਕਿਸਤਾਨ 'ਚ ਸੀਗਾ ਆਪਣੇ ਤੋਂ ਕਿਨੋ ਉਹਨਾਂ ਦਾ ਕਿਉਂਕਿ ਜਿਹੜੀ ਜ਼ਮੀਨ ਹੈ ਯੂ ਨੀਡ ਹੈ ਉਹ ਰੇਤੀਲੀ ਜ਼ਮੀਨ ਚਾਹੀਦੀ ਹੈ ਇਹਨੂੰ ਉਹ ਗੰਗਾਨਗਰ ਦਾ ਵੀ ਜਿਹੜਾ ਕਿਨੋ ਹੈ ਤੁਹਾਨੂੰ ਆਪਣੇ ਤੋਂ ਠੀਕ ਮਿਲੂਗਾ ਬਟ ਅਸੀਂ ਕਿਉਂਕਿ ਇਹਨੂੰ ਡਿਵੈਲਪ ਕੀਤਾ ਚੋ ਸਾਹਿਬ ਨੇ ਐਟ ਵਨ ਟਾਈਮ 80% ਆਫ ਕਿਨੋ ਇਨ ਦਾ ਇੰਟਾਇਰ ਕੰਟਰੀ ਅਬੋਹਰ 'ਚ ਪੈਂਦਾ ਸੀ ਹੋਰ ਕੋਨਸਟੀਚੁਐਂਸੀ 80% ਸਾਡੇ ਕੋਲ ਪੀਣ ਨੂੰ ਪਾਣੀ ਹੈ ਮੈਂ ਇੱਕ ਦਿਨ ਅਸੈਂਬਲੀ 'ਚ ਅਸੀਂ ਜਾਂਦਾ ਸੀਗਾ ਮੈਂ ਕਿਹਾ ਜੀ 80% ਕਿਨੋ ਸਾਡੇ ਕੋਲ ਹੈ ਪੂਰੇ ਹਿੰਦੁਸਤਾਨ ਨੂੰ ਕਿਨੋ ਦਾ ਜਜ਼ੂ ਅਬੋਹਰ ਪੈਂਦਾ ਅਤੇ ਅਬੋਹਰ 'ਚ ਪੀਣ ਦਾ ਪਾਣੀ ਹੈ ਨਹੀਂ ਮੈਂ ਕਿਹਾ ਬਾਦਲ ਸਾਹਿਬ ਕਮਾਲ ਕਰੀ ਜਾਂਦੇ ਉਹ ਕੁਛ ਤਾਂ ਨਿਗਾਹ ਕਰੋ ਸਾਡੇ ਨਹਿਰਾਂ 'ਚ ਹਫ਼ਤੇ ਬੰਦ ਹੋ ਜਾਂਦੇ ਪਾਣੀ ਪੀਣ ਨੂੰ ਹੈ ਨਹੀਂ ਵਾਟਰ ਵਰਕਸ ਦੀ ਕਪੈਸਿਟੀ ਹੈ ਨਹੀਂ ਅਤੇ ਆਲ ਇੰਟਰਨੈਟ ਹੁਣ ਤਾਂ ਲਾ ਲਏ ਜੀ ਬਾਗ ਉੱਪਰ ਇਸ ਪਾਸੇ ਧਿਆਨ ਮਾੜਾ ਜਿਹਾ ਕਰ ਦੇਣਾ ਇਹਨਾਂ ਗੱਲਾਂ 'ਤੇ 72 'ਚ MLA ਬਣੇ ਡਿਪਟੀ ਮਿਨਿਸਟਰ ਬਣ ਗਏ 7-8 ਮਹੀਨਿਆਂ ਬਾਅਦ ਉਹਨਾਂ ਨੇ ਬਣਾ ਤਾ ਸੋਚ ਸੀਗੀ ਸਭ ਪਹਿਲਾ ਪਲਾਂਟ ਜਿਹੜਾ ਲੱਗਿਆ ਤੁਸੀਂ ਅੱਜ ਕੱਲ੍ਹ ਸਾਰੇ ਟੈਟਰਾ ਪੈਕ ਪੀਂਦੇ ਹੋ ਜੀ ਬਿਲਕੁਲ ਫਰੂਟੀ ਲਿਆਓ ਜੀ ਪਲਾਂਟ ਹਰੇਕ ਚੀਜ਼ ਟੈਟਰਾ ਪੈਕ ਹੈ ਟੈਟਰਾ ਪੈਕ ਸਵੀਡਿਸ਼ ਕੰਪਨੀ ਹੈ ਇੱਕ ਓਕੇ ਸਵੀਡਨ ਦੀ ਅਤੇ ਉਹਨਾਂ ਦਾ ਇੱਕ ਉਹਨਾਂ ਦਿਨਾਂ 'ਚ ਯੂਨੀਕ ਉਹਨਾਂ ਦਾ ਸੈਲਿੰਗ ਮਾਡਲ ਉਹ ਮਸ਼ੀਨ ਵੇਚਦੇ ਨਹੀਂ ਲੀਜ਼ ਕਰਦੇ ਮਤਲਬ ਉਹ ਕੰਡਾ ਉਡਾ ਕੇ ਰੱਖਦੇ ਜਦੋਂ ਤਾਂ ਚੱਲੂਗੀ ਤੁਸੀਂ ਸਾਨੂੰ ਉਹਨਾਂ ਨੂੰ ਦੇਣਾ ਪਊਗਾ ਉਹਦੇ 'ਤੇ ਰੋਇਲਟੀ ਦੇਣੀ ਪਊਗੀ ਪਹਿਲੀ ਟੈਟਰਾ ਪੈਕ ਮਸ਼ੀਨ ਆਫ ਦਿਸ ਕੰਟਰੀ ਹਿੰਦੁਸਤਾਨ ਦੀ ਅਬੋਹਰ 'ਚ ਆ ਕੇ ਲੱਗੀ ਸੀਗੀ ਜਦੋਂ ਕਿਨੋ ਦਾ ਉਹ ਪ੍ਰੋਸੈਸਿੰਗ ਪਲਾਂਟ ਸੀ ਸੀਡ ਫਾਰਮ ਦੇ ਕੋਲ ਆ 73-74 ਦੀ ਗੱਲ ਹੈ ਜੀ ਅੱਛਾ ਉਹਦਾ ਤਾਂ ਰੌਲਾ ਮੈਂ ਤਾਂ 4-5 ਸਾਲਾਂ ਦਾ ਬੜਾ ਸੁਣਿਆ ਨਾ ਤੁਸੀਂ ਆ ਤਾਂ ਆ ਲੱਗਿਆ ਜੀ ਤੂੰ ਆ ਤਾਂ ਉਹਦੇ ਬਾਅਦ ਦਾ ਅਗਲਾ ਐਕਸਪੈਰੀਮੈਂਟ ਆ ਉਹ ਲੱਗੀ ਸੀ ਸੀਡ ਫਾਰਮ 'ਚ ਅੱਛਾ ਉਹਦੇ ਬਾਅਦ ਸਰਕਾਰ ਨੇ ਲਾਈ ਚੱਲੀ ਨਹੀਂ ਫਿਰ ਟਾਟਾ ਵਾਲਿਆਂ ਨੇ ਆ ਕੇ ਉਹਨਾਂ ਦੀ ਵੋਲਟਾਸ ਕੰਪਨੀ ਨੇ ਖਰੀਦ ਲਿਆ ਉਹਨੂੰ ਉਹਨਾਂ ਨੇ ਕਈ ਸਾਲ ਚਲਾਉਣ ਦੀ ਕੋਸ਼ਿਸ਼ ਕੰਸਨਟ੍ਰੇਟ ਬਣਾਉਂਦੇ ਸੀ ਉੱਥੇ ਜੂਸ ਕਿਨੋ ਕੰਸਨਟ੍ਰੇਟ ਕਰਦੇ ਸੀਗੇ ਉਹ ਕੰਸਨਟ੍ਰੇਟ ਦੀ ਮਾਰਕੀਟ ਨਹੀਂ ਡਿਵੈਲਪ ਹੋਈ ਸਾਹਿਬ ਉਹ ਬਿਟਰਨੈਸ ਵਾਲਾ ਪੰਗਾ ਪੈ ਗਿਆ ਪਰਚੇਜ਼ਿੰਗ ਪਾਵਰ ਬੇਸਿਕਲੀ ਐਂਡ ਰਿਜ਼ਲਟ ਜਦ ਤੋਂ ਤੁਸੀਂ ਤਿਆਰ ਤਾਂ ਕਰ ਲਓ ਖਰੀਦਣ ਵਾਲਾ ਨਹੀਂ ਤੁਹਾਨੂੰ ਲੈ ਕੇ ਕਿੱਥੇ ਜਾਓਗੇ ਸਭ ਕਿੰਨਾ ਕੁ ਸਟਾਕ ਕਰ ਲਓਗੇ ਸੋ ਇਵੈਂਚੁਅਲੀ ਉਹ ਬੰਦ ਹੋ ਗਈ ਜੀ ਬੰਦ ਹੋ ਕੇ ਲਿਕੁਇਡੇਸ਼ਨ 'ਚ ਚਲੀ ਗਈ ਫਿਰ ਉਹ ਅੱਜ ਤਾਂ ਹੁਣ ਮੇਰੇ ਕੋਲ ਉੱਥੇ ਕਲੋਨੀਆਂ ਕੱਟੀਆਂ ਵੇਚ ਬੂਚ ਕੇ ਮਸ਼ੀਨਾਂ ਖਾ ਪੀ ਕੇ ਨੱਕੀ ਹੋਏ ਕੰਮ ਜਿਹੜੇ ਇਹਨਾਂ ਦੀ ਸਰਕਾਰਾਂ ਆਈ ਤੋਰਤੀਆਂ ਆਹ ਦੂਜੀ ਪਲਾਂਟ ਲਏ ਸਰ ਆਹ ਜਿਹੜਾ ਹੁਣ ਤੁਸੀਂ ਗੱਲ ਕਰੀ ਜਾਂਦੇ ਹੋ ਆਹ ਲੱਗਿਆ 2006 'ਚ ਅੱਛਾ ਇਹ ਸਵੀਡਨ ਵਾਲਾ ਕਿ ਕਿੱਥੋਂ ਦਾ ਸੀ ਉਹਦੇ ਬਾਅਦ ਨਹੀਂ ਇਸ 'ਚ ਹੁਣ ਟੈਟਰਾ ਪੈਕ ਤਾਂ ਕਰਦੇ ਨਹੀਂ ਜੇ ਤਾਂ ਬਲਕ 'ਚ ਵੇਚਦੇ ਇੱਥੋਂ ਤਾਂ ਬਲਕ 'ਚ ਜਾਂਦਾ ਜੋ ਵੀ ਮਾਲ ਜਾ ਰਿਹਾ ਇੱਥੋਂ ਤਾਂ ਹੁਣ ਬਲਕ 'ਚ ਜਾ ਰਿਹਾ ਅੱਗੇ ਫੂਡ ਪ੍ਰੋਸੈਸ ਕਰਨ ਵਾਸਤੇ ਕਿਤੇ ਜੂਸਿਸ 'ਚ ਇਸਤੇਮਾਲ ਹੁੰਦਾ ਉਦੋਂ ਉਹਨੂੰ ਐਜ਼ ਅ ਟੇਬਲ ਵੇਚਣ ਵਾਸਤੇ ਟੈਟਰਾ ਪੈਕ ਦੇ ਪਲਾਂਟ ਉਦੋਂ ਲੈ ਕੇ ਆਏ ਸੀਗੇ ਨਹੀਂ ਮੈਂ ਉਹ ਪਲਾਂਟ ਦੀ ਗੱਲ ਕਰ ਰਿਹਾ ਜਿਹੜਾ ਇਹ ਪਿੱਛੇ ਤੁਸੀਂ ਇਹ ਵੀ ਇਲਜ਼ਾਮ ਲਾਇਆ ਸੀ ਕਿ ਉਹ 10 ਸਾਲ ਉਹਦੇ ਉੱਤੇ ਉਹ ਮੈਂ ਹਾਂ ਉਹ ਆਈ ਹੈ ਜੀ ਓਕੇ 2006 'ਚ ਲੱਗਿਆ ਸੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਲਵਾਇਆ ਓਕੇ ਉਹਦਾ ਅਸੀਂ ਉਹਨੂੰ ਨੀਂਹ ਪੱਥਰ ਨਹੀਂ ਨੀਂਹ ਪੱਥਰ ਨਹੀਂ ਉਹਨੂੰ ਇਨੋਗਰੇਸ਼ਨ ਕਹਿ ਲਓ ਜਾਂ ਡੈਡੀਕੇਸ਼ਨ ਵਾਲੀ ਸੈਰਮਨੀ ਹੈ ਇਲੈਕਸ਼ਨਾਂ ਤੋਂ 2017-7 ਦੇ ਜਿਹੜੇ ਇਲੈਕਸ਼ਨ ਸੀ ਉਸ ਤੋਂ 2 ਮਹੀਨੇ ਪਹਿਲਾਂ ਉਹਦਾ ਕਰਕੇ ਗਏ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਮੈਂ ਅਤੇ ਉਹ ਹਿੰਮਤ ਸਿੰਘ ਉਦੋਂ ਸੀਗੇ ਹੀ ਵਾਜ਼ ਦਾ ਪ੍ਰਿੰਸੀਪਲ ਸੈਕਟਰੀ ਉਹ ਇੱਥੇ ਆ ਕੇ ਅਸੀਂ ਕਰਕੇ ਗਏ 7-2 ਮਹੀਨਿਆਂ ਬਾਅਦ ਵੋਟਾਂ ਪੈ ਗਈਆਂ ਸਰਕਾਰ ਬਣ ਗਈ ਪਹਿਲੀ ਫੈਕਟਰੀ ਦੇ ਉਦਘਾਟਨ ਬਾਦਲ ਸਾਹਿਬ ਆ ਕੇ ਫੇਰ ਕਰਕੇ ਉਹਦਾ ਉਹ ਹਾਲ ਸੀਗੇ ਵੀ ਉਹਨਾਂ ਨੇ ਉਹ ਕੀਤੇ ਕਿਤੇ ਕੰਮ 'ਤੇ ਆ ਕੇ ਆਪਦੇ ਗਲ 'ਚ ਮਾਲਾ ਪਵਾ ਲਈ ਪਰ ਮਾਲਾ ਹੀ ਪਵਾ ਲਈ ਚਲਾਈ ਨਹੀਂ 10 ਸਾਲ ਤਾਂ ਬੰਦ ਪਈ ਰਹੀ ਸਾਹਿਬ ਉਹ ਜਿਹੜੀ ਹੁਣ ਚੱਲੀ ਹੈ ਜਿੱਥੇ ਹੁਣ ਮਿਰਚਾਂ ਦੀ ਪੇਸਟ ਬਣ ਰਹੀ ਹੈ ਜਿੱਥੇ ਟਮੈਟੋ ਆ ਜਿਹੜੀ ਕੈਚਅਪ ਵਗੈਰਾ ਸਾਰੀ ਜਾ ਰਹੀ ਹੈ ਇੱਥੋਂ ਜਾ ਰਿਹਾ ਸੋ ਉਹਨੂੰ 200 ਦਿਨ ਚਲਾਉਣ ਦਾ ਉਪਰਾਲਾ ਹੈ ਅਤੇ ਹੋਰ ਵੀ ਉੱਥੇ ਰਿਸਰਚ ਚੱਲ ਰਹੀ ਹੈ ਟੂ ਵੈਲਿਊ ਐਡੀਸ਼ਨ ਜਿਹਨੂੰ ਕਹਿ ਸਕਦੇ ਹੋ ਹੁਣ ਕਿਨੋ ਦਾ ਜਿਹੜਾ ਛਿਲਕਾ ਹੈ ਪੀਲ ਵੈਦਰ ਦਾ ਸੀਡਸ ਉਹਨਾਂ ਸਾਰਿਆਂ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ ਪ੍ਰੋਪਰ ਰਿਸਰਚ ਉਹਦੇ 'ਤੇ ਹੋਈ ਹੈ ਅਤੇ ਉਹਨੂੰ ਆਹ ਕਰ ਰਹੇ ਹਾਂ ਸੋ ਇਟ ਵਿਲ ਅੱਛਾ ਮੈਂ ਥੋੜ੍ਹਾ ਜਿਹਾ 1 ਸਕਿੰਟ ਵਿੱਚ ਹੀ ਕੋਈ ਗੱਲ ਨਹੀਂ ਇੰਟਰਵਿਊ ਤਾਂ ਚੱਲ ਹੀ ਰਹੀ ਹੈ ਗਗਨ ਜੀ ਕੁਰਸੀਆਂ ਦਾ ਅਰੇਂਜ ਕਰ ਦਿਓ ਜਿਹੜੇ ਵੀ ਬੰਦੇ ਬੈਠੇ ਥੱਲੇ ਨਾਲ ਚੇਅਰ ਹੋਰ ਲਵਾ ਸਭ ਨੂੰ ਸਾਰਿਆਂ ਦੀ ਖਾਤਰ ਕੋਈ ਗੱਲਬਾਤ ਚੱਲੀ ਜਾਣੀ ਹੈ ਕੋਈ ਦਿੱਕਤ ਨਹੀਂ ਉਹ ਸਾਰਾ ਕੁਝ ਹਾਂ ਉਹਨਾਂ ਦੀ ਸੋਚ ਸੀ ਉਸ ਨੂੰ ਅੱਜ ਮੈਂ ਦੇਖੋ ਲੋਕ ਅੱਜ ਕੱਲ੍ਹ ਬੜੇ ਇੰਪੇਸ਼ੈਂਟ ਹੋ ਗਏ ਸਭ ਹਾਂ ਆਹ ਜਿਹੜਾ ਅੱਜ ਕੰਮ ਹੋ ਰਿਹਾ ਉੱਥੇ ਹਾਂ ਆ ਇੱਕ ਦਿਨ 'ਚ ਫਰਕਟੀਫਾਈ ਨਹੀਂ ਹੋਣਾ ਸਭ ਇਟਸ ਅ ਲੌਂਗ ਡਰੌਨ ਪ੍ਰੋਸੈਸ ਅੱਜ ਤੋਂ 5 ਸਾਲ ਦੇ ਬਾਅਦ 7-10 ਸਾਲ ਦੇ ਬਾਅਦ ਲੋਕ ਯਾਦ ਕਰਨਗੇ ਵੀ ਆਹ ਅਗਾਊ ਸੋਚ ਸੀਗੀ ਜਿਹਦਾ ਆਹ ਜਿਹੜੇ ਬੈਨੀਫਿਟ ਹੈ
ਗੱਲਾਂ ਹਰੇਕ ਕੋਈ ਪਾਲਦੇ ਜੀ ਸਵੇਰੇ ਹੱਥ 'ਤੇ ਤਲੇ ਸਰਸੋਂ ਜਮਾ ਕੇ ਦਿਖਾਓ ਤਲੀ 'ਤੇ ਹੈ ਥੋੜ੍ਹੀਆਂ ਜੰਮਦੀਆਂ ਤਾਂ ਦੀਜ਼ ਆਰ ਇਨਫਰਾਸਟਰਕਚਰਲ ਲੌਂਗ ਟਰਮ ਜਸਟੇਸ਼ਨ ਪੀਰੀਅਡ ਹੈ ਸਾਹਿਬ ਨਵੀਂ ਇੱਕ ਸੋਚ ਲੈ ਕੇ ਆ ਰਹੇ ਹਾਂ ਲੋਕਾਂ ਨੂੰ ਸਬਜ਼ੀਆਂ ਵਾਲੇ ਪਾਸੇ ਸਾਰਾ ਪੰਜਾਬ ਡਾਈਵਰਸੀਫਿਕੇਸ਼ਨ ਖੇਤੀ ਵੀ ਬਣਤਾ ਫਲਾਣਾ ਸਿੰਘ ਨਾਮ ਨਾਰੇ ਬਦਲੀ ਜਾਂਦੇ ਹੈ ਕੰਮ ਕੋਈ ਹੁੰਦਾ ਨਹੀਂ ਆਹ ਕੰਮ ਹੈ ਸਾਹਿਬ ਆਹ ਹੋ ਰਿਹਾ ਕਿਨੋ ਇਜ਼ ਡਾਈਵਰਸੀਫਿਕੇਸ਼ਨ ਹੋਰ ਕੀ ਹੈ ਸਾਹਿਬ ਦਿਸ ਇਜ਼ ਡਾਈਵਰਸੀਫਿਕੇਸ਼ਨ ਅੱਜ ਇੱਥੇ ਲੋਕਾਂ 'ਚ ਤੁਸੀਂ ਰੰਗਤ ਦੇਖ ਰਹੇ ਹੋ ਚਿੱਟੇ ਲੀੜੇ ਦੇਖ ਰਹੇ ਹੋ ਤਾਂ ਇਹਦਾ ਬਹੁਤ ਵੱਡਾ ਕਾਰਨ ਹੈ ਕਿਉਂਕਿ ਜਿਹੜਾ ਬਾਕੀ ਚਿੱਟੇ ਲੀੜੇ ਵਾਲਾ ਕੰਮ ਸੀ ਕਾਟਨ ਤਾਂ ਲੈ ਕੇ ਬਹਿ ਗਈ ਅਤੇ ਕਾਟਨ ਦਾ ਨਾ ਹੁਣ ਐਸ ਕਿ ਨਰਮੇ ਦਾ ਭਾਅ ਭੂ ਬਣਿਆ ਨਹੀਂ ਤਾਂ ਕੁਛ ਵੀ ਹੈ ਨਹੀਂ ਗੱਲ ਜਿਹੜੀ ਸੇਮ ਨੇ ਵੀ ਕਰਿਆ ਹੁਣ ਸੇਮ ਲੈ ਕੇ ਬਹਿ ਗਈ ਹੁਣ ਸਾਡੇ ਸੇਮ ਹੈ ਦੇਖੋ ਸੇਮ ਦੀ ਵੀ ਬੜੀ ਕਹਾਣੀ ਹੈ ਉਹਦੀ ਮੈਂ ਸੁਣਾਉਣ ਲੱਗਿਆ ਤਾਂ ਬਹੁਤ ਪੁਰਾਣੀ ਹੈ ਸਾਹਿਬ ਸੇਮ ਦਾ ਤੁਹਾਨੂੰ ਯਾਦ ਹੈ ਮੀਂਹ ਪਿਆ ਸੀਗਾ ਕੈਪਟਨ ਬਾਦਲ ਸਾਹਿਬ ਸਰਕਾਰ ਸੀਗੀ ਅੱਛਾ ਅਤੇ ਮੀਂਹ ਪਿਆ ਗਿੱਦੜਵੇ ਵਾਲਾ ਇਲਾਕਾ ਹਾਂ ਮੁਕਤਸਰ ਵਾਲਾ ਇਲਾਕਾ ਇੱਥੇ ਤਾਂ ਮਲੋਟ ਮੁਕਤਸਰ ਸਾਰਾ ਅਤੇ ਸਾਡੇ ਇੱਥੇ ਬੱਲੂਆਣੇ 'ਚ ਪਾਣੀ ਐਡਾ ਐਡਾ ਖੜ ਗਿਆ ਜੀ ਉੱਧਰ ਪਾਣੀ ਇੱਥੇ ਆ ਗਿਆ ਸਾਡੇ ਤਾਂ ਸੇਮ ਦਾ ਸਾਡੇ ਤਾਂ ਮਰਦੇ ਸਾਨੂੰ ਜਦੋਂ ਲੋੜ ਹੁੰਦੀ ਹੈ ਉਦੋਂ ਨਹਿਰਾਂ 'ਚ ਉਹ ਕੱਢ ਲੈਂਦੇ ਹੈ ਅਤੇ ਜਦੋਂ ਫਾਲਤੂ ਜਾਂਦਾ ਮੀਂਹ ਵਾਲਾ ਉਹ ਇੱਧਰ ਤੋੜ ਦਿੰਦੇ ਕਿਉਂਕਿ ਸਾਰੇ ਡਰੇਨ ਸਿਸਟਮ ਇਹੋ ਜਿਹੇ ਬਣਾ ਤੇ ਬਾਦਲ ਸਾਹਿਬ ਹੋਰਾਂ ਦੇ ਟਾਈਮ 'ਚ ਬਣੇ ਹੈ ਉਹ ਸਾਰਾ ਇੱਥੇ ਆ ਕੇ ਡਰੇਨ ਆਊਟ ਹੁੰਦਾ ਜ਼ਮੀਨ ਨੀਵੀਂ ਹੈ ਸੇਮ ਨਾਲ ਅੰਦਰ ਤਾਂ ਹੋਣਾ ਚਾਹੀਦਾ ਬਿਲੋ ਸਰਫੇਸ ਲੈਵਲ ਉਹ ਉੱਤੇ ਹੈ ਇੱਥੇ ਆ ਕੇ ਪਾਣੀ ਸਾਰਾ ਖੜਾ ਹੋ ਜਾਂਦਾ ਸੀਗਾ ਸਾਡਾ ਡੋਬ ਤਾਂ ਮਤਲਬ ਮੈਨੂੰ ਨਹੀਂ ਉਹ ਪਤਾ ਉਹਦਾ ਕਿਹਦਾ ਫਾਲਟ ਹੋਊਗਾ ਮਤਲਬ ਡਿਜ਼ਾਈਨ ਫਾਲਟ ਸੀਗਾ ਉਹ ਡਿਜ਼ਾਈਨ ਇਹ ਜਿਹਾ ਵੀ ਉਹ ਆਇਆ ਇਹ ਕਰਕੇ ਸੱਪ ਵਾਂਗੂ ਸੱਪ ਐਗਜ਼ੈਕਟਲੀ ਸਾਹਿਬ ਜਦੋਂ ਉਹਨਾਂ ਨੇ ਪਲੈਨਿੰਗ ਕਮਿਸ਼ਨ ਵਾਲੇ ਦੀ ਟੀਮ ਆਈ ਇੱਥੇ ਸਰਾਂ ਸਾਹਿਬ ਸੀਗੇ ਉਹਦੇ ਵਿੱਚ ਉਹ ਵੀ ਬਾਈ ਚਾਂਸ ਪੰਜਾਬ ਦੇ ਸੀ ਦੇਖ ਕੇ ਉਹਨਾਂ ਨੇ ਬਹੁਤ ਲੰਬੀ ਰਿਪੋਰਟ ਬਣਾ ਕੇ ਦਿੱਤੀ ਵੀ ਇਹਨਾਂ ਨੇ ਆਪਦੇ ਜਥੇਦਾਰਾਂ ਦੀ ਜ਼ਮੀਨਾਂ ਬਚਾਉਣ ਨੂੰ ਇਹਨੂੰ ਸੱਪ ਵਾਂਗੂ ਮਲੇਵੇ ਦੇ ਦਿੱਤੇ ਈਵਨ ਐਟ ਸਮ ਟਾਈਮ ਇੱਕ 90 ਡਿਗਰੀ ਤੇ ਸੀਗਾ ਵੀ ਐਂ ਠੋਕਰ ਜਾ ਕੇ ਵੱਜਦੀ ਸੀ ਵੀ ਪਾਣੀ ਨਹੀਂ ਤਾਂ ਸਾਡੇ ਜਿੱਥੇ ਠੋਕਰ ਲੱਗੀ ਬਾਹਰ ਆ ਜਾਣਾ ਚਲ ਕੇ ਸਾਰਾ ਇਲਾਕਾ ਡੋਬ ਜਾਂਦਾ ਸਾਰਾ ਭਰਿਆ ਪਿਆ ਮੇਰੇ ਖਿਆਲ ਇੱਥੇ ਤਕਰੀਬਨ ਬਹੁਤ ਵੱਡੇ ਰਕਬੇ 'ਚ ਸਾਰਾ ਇਲਾਕਾ ਅਤੇ ਹੱਥ ਖੜ੍ਹੇ ਹੋ ਗਏ ਮੈਨੂੰ ਯਾਦ ਹੈ 2012-13 ਦੀ ਗੱਲ ਹੀ ਹੈ ਮੈਂ ਲੀਡਰ ਆਫ ਅਪੋਜੀਸ਼ਨ ਬਣਿਆ ਸੀ ਬਣਿਆ ਸੀਗਾ ਮੇਰੇ ਖਿਆਲ 12 ਦੀ ਗੱਲ ਹੈ ਸਰ ਡਾਕਟਰ ਮਨਮੋਹਨ ਸਿੰਘ ਆ ਗਏ ਚੰਡੀਗੜ੍ਹ ਐਜ਼ ਅ ਪ੍ਰਾਈਮ ਮਿਨਿਸਟਰ ਅੱਛਾ ਉੱਥੇ ਉਹਨਾਂ ਨੇ ਉਹ ਲੋਅਰ ਇਨਕਮ ਗਰੁੱਪ ਫਲੈਟ ਜਿਹੜੇ ਬਣਾਏ ਸੀ ਪਵਨ ਬਾਂਸਲ ਜੀ ਜਦੋਂ ਸੀਗੇ MP ਅਤੇ ਉੱਥੇ ਉਹਨਾਂ ਦਾ ਇਨਾਗੁਰੇਸ਼ਨ ਅਤੇ ਦੁਪਹਿਰ ਨੂੰ ਗਵਰਨਰ ਸਾਹਿਬ ਨੇ ਉਹਨਾਂ ਨੂੰ ਵਾਸਤੇ ਖਾਣਾ ਕੀਤਾ ਅੱਛਾ ਅਤੇ ਮੈਨੂੰ ਐਜ਼ ਏ ਪ੍ਰੋਟੋਕੋਲ 'ਚ ਲੀਡਰ ਆਫ ਅਪੋਜੀਸ਼ਨ ਮੈਨੂੰ ਵੀ ਇਨਵਾਈਟ ਕਰ ਲਿਆ ਮੇਰਾ ਪਹਿਲਾ ਇਨਵੀਟੇਸ਼ਨ ਪ੍ਰਧਾਨ ਮੰਤਰੀ ਨੂੰ ਮਿਲਣ ਜਾਣਾ ਸੀ ਮੈਂ 5 ਮਿੰਟ ਪਹਿਲਾਂ ਜਾ ਪਹੁੰਚਿਆ ਪਰ ਮੈਂ ਦੇਖ ਕੇ ਹੈਰਾਨ ਰਹਿ ਗਿਆ ਵੀ ਬਾਦਲ ਸਾਹਿਬ ਮੇਰੇ ਤੋਂ ਵੀ ਪਹਿਲਾਂ ਉੱਥੇ ਬੈਠੇ ਗਵਰਨਰ ਸਾਹਿਬ ਡਾਕਟਰ ਮਨਮੋਹਨ ਸਿੰਘ ਨੂੰ ਰਿਸੀਵ ਲੈ ਕੇ ਉਹਨਾਂ ਦੇ ਸਵੀਟ 'ਚੋਂ ਗਏ ਸੀ ਅਤੇ ਅਸੀਂ ਦੋ ਹੀ ਬੈਠੇ ਸੀ ਅਤੇ ਉੱਥੇ ਬਾਦਲ ਸਾਹਿਬ ਨੇ ਗੱਲ ਕੀਤੀ ਕਹਿੰਦਾ ਡਾਕਟਰ ਸਾਹਿਬ ਪਾਣੀ ਵਾਲਾ ਤੁਸੀਂ ਦੇਖਿਆ ਮੈਂ ਕਿਹਾ ਜੀ ਮੈਂ ਤਾਂ ਆਪ ਹੋ ਕੇ ਆਇਆ ਕਿਉਂਕਿ ਇੱਥੇ ਉਹਨਾਂ ਦਿਨਾਂ 'ਚੋਂ ਚੱਲ ਕਹਿੰਦਾ ਆਪਾਂ ਗੱਲ ਕਰੀਏ ਡਾਕਟਰ ਮਨਮੋਹਨ ਸਿੰਘ ਮੈਂ ਕਿਹਾ ਬਿਲਕੁਲ ਕਰਾਂਗੇ ਕਹਿੰਦਾ ਤੁਸੀਂ ਕਰੋ ਮੈਂ ਕਿਹਾ ਬਿਲਕੁਲ ਕਰੂੰਗਾ ਸਾਹਿਬ ਤੁਹਾਨੂੰ ਇਸ ਗੱਲ ਦੀ ਕਿੰਤੂ ਪਰੰਤੂ ਹੀ ਕਿਉਂ ਹੋਈ ਕਹਿੰਦੇ ਅੱਛਾ ਮੈਂ ਕਿਹਾ ਆ ਗਏ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਬਾਦਲ ਦੇਖੋ ਬੜੱਪਣ ਸੀਗਾ ਬਾਦਲ ਸਾਹਿਬ ਬਹੁਤ ਬੜੱਪਣ ਸੀ ਉਹਨਾਂ ਨੇ ਕਿਹਾ ਜਾਖੜ ਸਾਹਿਬ ਤੁਹਾਨੂੰ ਕੁਛ ਕਹਿਣਗੇ ਸਰ ਡਾਕਟਰ ਮਨਮੋਹਨ ਸਿੰਘ ਮੈਂ ਕਿਹਾ ਸਰ ਤੁਹਾਨੂੰ ਲੱਗੂਗਾ ਤਾਂ ਅਜੀਬ ਪਰ ਅਸੀਂ ਦੋਨੋਂ ਇੱਕ ਕੰਮ ਵਾਸਤੇ ਆਏ ਕਹਿੰਦਾ ਬੋਲੋ ਮੈਂ ਕਿਹਾ ਸਾਡੇ ਆ ਜਿਹੜਾ ਪਾਣੀ ਆਇਆ ਖੜਾ ਆ ਸਟੇਟ ਗੌਰਮੈਂਟ ਦੇ ਬੱਸੋਂ ਬਾਹਰ ਹੈ ਇਹਦਾ ਕੋਈ ਨਾ ਕੋਈ ਸੈਂਟਰਲ ਗੌਰਮੈਂਟ ਨੂੰ ਵਿਲ ਹੈਵ ਟੂ ਸਟੈਪ ਇਨ ਤੁਸੀਂ ਕਰਕੇ ਦਿਓਗੇ ਨਹੀਂ ਤਾਂ ਅਸੀਂ ਮਾਰੇ ਜਾਂਗੇ ਐਡਾ ਬਹੁਤ ਵੱਡਾ ਇਲਾਕਾ ਡੋਬੇ 'ਚ ਆਇਆ ਖੜਾ ਹੱਸ ਪਏ ਡਾਕਟਰ ਮਨਮੋਹਨ ਸਿੰਘ ਕਹਿੰਦੇ ਆਪਣੇ ਆਪ 'ਚ ਇੱਕ ਬੜਾ ਪਹਿਲਾ ਗੱਲ ਮੈਂ ਦੇਖ ਰਿਹਾ ਵੀ ਇੱਕ ਚੀਫ ਮਿਨਿਸਟਰ ਆਫ ਅ ਸਟੇਟ ਐਂਡ ਲੀਡਰ ਆਫ ਅਪੋਜੀਸ਼ਨ ਦੋਨੋਂ ਕਹਿੰਦੇ ਇੱਕ ਗੱਲ 'ਚ ਬੋਲ ਰਹੇ ਮੈਂ ਕਿਹਾ ਕਿਉਂ ਨਾ ਬੋਲੀਏ ਮੈਂ ਪੰਜਾਬ ਦੀ ਗੱਲ ਕਰ ਰਿਹਾ ਕਹਿੰਦਾ ਅੱਛਾ ਨਾਲ ਸਾਹਿਬ ਨੇ ਕਿਹਾ ਜੀ ਸਾਡਾ ਬੜੀ ਸਮੱਸਿਆ ਉਹਨਾਂ ਕੋਲ ਸਾਰਾ ਬਣਾ ਬਣੂ ਕਿਲੇ ਮੈਂ ਕਰਾਂ ਫਿਰ ਖਾਣੇ 'ਤੇ ਬੈਠ ਕੇ ਖਾਣਾ ਖਤਮ ਹੋ ਗਿਆ ਸਾਰਿਆਂ ਨੂੰ ਸੀ ਆਫ ਕਰਕੇ ਗਵਰਨਰ 'ਤੇ ਉਹ ਖੜ੍ਹੇ ਸੀਗੇ ਮੈਨੂੰ ਫਿਰ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਉਸ ਤੋਂ ਵੀ ਵੱਡੀ ਬੁੜੱਪਣ ਹੈ ਸਾਹਿਬ ਕਿਉਂਕਿ ਮੈਂ ਸਾਰੇ ਕਿਉਂਕਿ ਚੀਫ ਜਸਟਿਸ ਬੈਠੇ ਸੀ ਦੂਜੇ ਹਰਿਆਣਾ ਵਾਲੇ ਗਵਰਨਰ ਸੀਗੇ ਇਸ ਤਰ੍ਹਾਂ ਦੇ ਬਹੁਤ ਵੱਡੇ ਵੱਡੇ ਆਦਮੀ ਡਾਕਟਰ ਮਨਮੋਹਨ ਸਿੰਘ ਕੋਲ ਬੈਠੇ ਸੀ ਸਾਰਿਆਂ ਨੂੰ ਸੀ ਆਫ ਕਰਕੇ ਮੈਂ ਸਾਰਿਆਂ 'ਚ ਜੂਨੀਅਰ ਸੀਗਾ ਸੋ ਐਜ਼ ਅ ਲਾਸਟ ਵਨ ਟੂ ਸੇ ਮੈਂ ਕਿਹਾ ਜੀ ਥੈਂਕ ਯੂ ਅਤੇ ਉਹਨਾਂ ਨੇ ਕਿਹਾ ਇੱਕ ਮਿੰਟ ਬਾਅਦ ਸੁਣੋ ਸੁਨੀਲ ਅਤੇ ਔਰ ਸੁਨੀਲ ਕੈਸੇ ਚੱਲ ਰਿਹਾ ਮੈਂ ਕਿਹਾ ਜੀ ਠੀਕ ਕਹਿੰਦਾ ਇਹ ਜੋ ਵਾਕਈ ਯੂ ਮੀਨ ਇਟ ਵਟ ਯੂ ਆਰ ਸੇਇੰਗ ਮੈਂ ਕਿਹਾ ਸਰ ਤੁਸੀਂ ਆਹ ਮੇਰੇ ਤੋਂ ਕੀ ਪੁੱਛ ਲਿਆ ਕਹਿੰਦਾ ਮੈਂ ਕਿਹਾ ਬਿਲਕੁਲ ਸਾਹਿਬ ਪੰਜਾਬ ਦਾ ਮਸਲਾ ਹੈ ਕਹਿੰਦਾ ਦੇਖਣਾ ਆਪਕੋ ਮੈਂ ਕਿਹਾ ਜੀ ਨਾ ਨਾ ਮੈਨੇ ਆਈ ਹੈਵ ਨੋ ਈਵਨ ਹੈਜੀਟੇਸ਼ਨ ਟੂ ਸੇ ਵੀ ਕੋਈ ਪਾਰਟੀ ਆਪਣੀ ਥਾਂ ਪੰਜਾਬ ਆਪਣੀ ਥਾਂ ਸਾਹਿਬ ਬਿਲਕੁਲ ਉਹਨੇ ਪਿੱਟ ਥਪਤ ਪਾਈ ਕਹਿੰਦਾ ਇਹ ਹੈ ਜਾਖੜ ਸਾਹਿਬ ਵਾਲੀ ਬਾਤ ਆਪਣੇ ਬਲਰਾਮ ਵਾਲੀ ਬਾਤ ਕਹਿੰਦਾ ਆਪਣੇ ਇਹ ਕੀ ਹੈ
बहुत खुशी। फिर असी नहीं, फिर असी गए साहब टाइम लेके, मैं फिर बादल साहब ने कहा जाखड़ साहब देखियो थोड़ी पार्टी वाले थोड़े तो पोलीटिकली रिप्रकशन, मैं क्या थोड़ा बड़प्पन है सोची जाने, मैं क्या मैंने इन्होंने रिप्रकशन का कोई नहीं। असी गए साहब, डॉक्टर मनमोहन सिंह ने उस दिन टाइम दिता से, उस दिन कोई फॉरन डेलीगेशन आ गया, फिर उन्होंने ड्यूटी लाई अपने डॉक्टर मनटेक सिंह आलूवालिया की, वो प्लैनिंग कमीशन के चेयरमैन, तो डॉक्टर जोड़े से सरां साहब वो एज ए मैंबर, तो एक मैंबर प्लैनिंग उत्थे बैठे से तीन, असी 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 गए तीनों गए उत्थे। मनटेक सिंह आलूवालिया ने भी आके भी अज गल का स्वाद आ गया, कहिंदा चीफ मिनिस्टर दे लीडर ऑफ अपोजिशन दोनों आए है। मैं क्या क्यों नहीं आए, कहिंदा गल का उन्होंने 1200 करोड़ रुपया रिलीज़ किया सन। उदों मैं डॉक्टर मनमोहन सिंह, मैं क्या जी एक मेरा काम करो, पैसे फड़ा ना दो स्टेट गोरमेंट लवायो एजेंसी के थ्रू, कि इन्होंने संगत दर्शनों में ही कढ देने, चाहिए जरूर है पर देखो कि होर पासे ना जावन। सो पैसा आया सा, पर अफसोस है वो भी बंदर बांट हो गई, ਉਹਦੇ ਬਾਅਦ ਇਹ ਰਹੀ ਹੈ ਪ੍ਰੋਬਲਮ ਤਾਂ ਉੱਥੇ ਦੀ ਉੱਥੇ ਖੜੀ ਹੈ। 1200 ਕਰੋੜ ਰੁਪਇਆ ਧੂੰਆਂ ਕਰਤਾ ਜੀ, ਨਹੀਂ ਪਰ ਜੋ ਲੱਗਿਆ ਸਾ, ਪਰ ਉਹਦਾ ਕੋਈ ਮਤਲਬ ਜਿਹੜਾ ਐਂਡ ਰਿਜ਼ਲਟ ਚਾਹੀਦਾ ਸੀਗਾ ਜਿਹੜੀ ਪਲੈਨਿੰਗ ਨਾਲ ਉਹਨਾਂ ਨੇ ਬਣਾਈ ਸੀ ਪਲੈਨਿੰਗ ਕਮਿਸ਼ਨ ਨੇ, ਅੱਜ ਪ੍ਰੋਬਲਮ ਜਾ ਕੇ ਬਲੂਆਣ 'ਚ ਦੇਖੋ, ਹੁਣ ਵੀ ਆ ਪਿਛਲੇ ਦਿਨਾਂ 'ਚ ਬਾੜ ਇੱਥੇ ਫਿਰ ਮੀਂਹ ਕਰਕੇ ਫਿਰ ਡੁੱਬਾ ਹੋ ਗਿਆ ਸੀਗਾ, ਆਈ ਥਿੰਕ ਕੰਪਨਸੇਸ਼ਨ ਨੂੰ ਇੱਥੇ ਰੌਲੇ ਪਏ ਖੜੇ ਹੈ। ਸੋ ਇਟ ਇਜ਼ ਅ ਪ੍ਰੀਨੀਅਲ ਕਾਇੰਡ ਆਫ ਪ੍ਰੋਬਲਮ, ਉਹ ਤਾਂ ਡੁੱਬਦੇ ਡੁੱਬਦੇ ਹੁਣ ਸੇਮ ਆ ਗਈ ਆ 9 ਕੁ ਫੁੱਟ ਤਾਈਂ जो भी खेती पंजाब दी अधिक हो रही है, झोना भी अगेंस्ट नेचर है साहब, साडी पीण नूं पाणी है नहीं, झोना लाई जाने आ, चलो चल रहा, पर असीं इस करके मैनूं है भी हरेक पासों वो भी जो साहब दी सानूं देण सी वी आ कीता उन्हां ने। जाखड़ साहब मैं एक तां मैं वैसे एक गल करना, ओ तुसीं साहब कहना कित्थों सिखिया पहलां मैनूं ए दस्सो, मैनूं मैं ओहदा भी तुहानूं अज मैं उहनां दी गल करदा साहब, मैनूं इंदिरा जी दी डैथ दे बाद राजीव जी प्रधानमंत्री बन गए, जिहड़ी सीगे स्पीकर ओह किते थोड़े दिन बाद उन्होंने जो रिसीव किया तो उन्होंने कहा आइए राजीव जी, राजीव साहब जो उन्होंने गल की, तो उन्हें रोक के बांह फड़ के कहिंदा जाखड़ साहब, क्योंकि उस तो पहला उन्होंने जो साहब राजीव बाबू करके कहिंदे सी, कहिंदा और राजीव बाबू कैसे हो, वह कहिंदा जाखड़ साहब मेरे पर कहिंदा मेरे को, मैं तो आपके लिए हमेशा राजीव बाबू अपने राजीव बाबू रहूँगा साहब, कहा नहीं नहीं साहब यू आर नाउ माई बॉस, दिस इज आप देश के प्रधानमंत्री हो, प्रोटोकॉल तो है। इतने भी किसी जो कहते सर या किसी साहब कहते किसी ने टोके कहते नहीं जो मेरे तो सियाणा है साहब ही है, मैं जो बंदा सियाणा वो मेरे वास्ते इज्जत करवाई जाती है साहब, इफ यू वॉन्ट टू बी रिस्पैक्टेड यू हैव टू रिस्पैक्ट, इस रेसिप्रोकल सॉर्ट ऑफ ए थिंग साहब, लोगों को इज्जत करोगे आपे आप नैचुरली इज्जत आऊगी साहब। पर अजक तू तड़ाक है बहुत गलत है सब, मर्यादा गलत है सब, बहुत एक जड़ा है पुराने रीति रिवाज जो संस्कार सी खत्म हो तुरी जाते हैं, एक वेरी बिटरनेस आ गई सारी राजनीति के अंदर, मैं तो समझदा भी मेरे हम रीसेंटली आ गए नई जनरेशन जी आ गई न्यू लीडरशिप, बादल साहब तो नाल मेरे बहुत ही, मैं समझदा भी पता नहीं उन्होंने आप दी है, मेरी अपनी परसैप्शन है कोई भी, बादल साहब जिनी कि मेरा रिगार्ड या मेरे कनी उन्होंने सॉफ्ट कॉर्नर से, मेरे ख्याल से किसी का नहीं होना, मेरे अपोजिशन वाले दूजे साथियों नाल भी बहुत बड़े संबंध, भगवंत मान जी नाल मेरे बड़े अच्छे, 1.5 साल ही काम करने का मौका मिले, वेरी कॉर्डियल रिलेशन, वेरी कॉर्डियल रिलेशन जिन्ना कहते उन्ना घट है, बाकी सारे जिन्हां नाल असीं राजनीतिक मुद्दों से घुलते रहने अपनी थाएं साहब, पर बियॉन्ड राजनीति आओ अपनी जगह सही होने, मैं अपनी जगह सही हाँ बेटा, अदर दैन दैट कोई मसला ही नहीं साहब, मेरे दिमाग से तो है नहीं, कई इस गल नूं परसनल लै जांदे, पर शुड नॉट बी अवॉइडेड साहब। एंड सुखबीर सिंह बादल, क्योंकि उन्हां नाल भी काम कीता तुसीं, उन्होंने मेरे को पहले दिन मेरे ख्याल को भी मैं कहना पटड़ी साढ़े वाली ली तो चढ़ी नहीं, ही हैज बिन वेरी बिटर, मे बी उन्होंने आप दे रीजन होने वो कुछ भी हो सकता, पर इस नहीं ठीक है MP, चलो ठीक है जी उन्होंने अपना जो भी सुभाव होना है डिफरेंट स्टोरी, बट आई हैव नो इल विल और एनीमोसिटी टूवर्ड्स एनीबडी साहब, अस तो सारे इज्जत करते हैं, पर तो पहला इनिशियली बहुत वधिया सी मेरा इन्होंने भी, सुखबीर जी नाल बहुत बढ़िया रहा, किन्ना गल्लां करके मेरे ख्याल 17 वाला जिहड़ा मेरा गुरदासपुर वाला इलैक्शन सी उहदे बाद किते उत्थे पहली वारी बिटरनेस देखण नूं मिली, उह स्पीचां जे विच स्विट्जरलैंड दा ही जावड़े
सुनील कितने मैरिड है नहीं मैरिड है, मैं कहना गलों का राजनीति नाल की संबंध है साहब। फिर वो बाद मेरे ख्याल चीरे चीरे आई डोंट नो वट एवर मे बी देर वॉज सम रीजन बट इट्स छोड़ो है तो परस गल आ गई। बट एक म्यार जड़ा मैं तो हूँ फिर थोड़े तो पहला मेरे नालों गल कर रहे थे जे अपने करतारपुर लांघे वाली जो गल हुई है करतारपुर साहब उत्थे जो लांघा खुलिया प्रधानमंत्री आए मोदी साहब तीजा फंक्शन सीगा सवेरे पहला सुल्तानपुर लोधी गए फिर एक अकालिया का कोई फंक्शन से उन्होंने रखे उत्थे करके क्योंकि बनाता सी उन्हों पोलीटिकल फंक्शन बनाता सी एक कांग्रेस के हिस्से आया से भी जो बॉर्डर से जाएंगे इंटीग्रेटिड और चैकपोस्ट जी सी उत्थे ताई उस तो पहला लंगर का इंतजाम कांग्रसियों आ सेवा का मौका दिता से भी तुम उत्थे रिसीव करोगे उत्थे लंगर छक के तो फिर जाएंगे तो उस तो पहला क्योंकि गवर्नर पंजाब वो भी खड़े सीगे चीफ मिनिस्टर डॉक्टर अपने कैप्टन साहब भी खड़े से तो उन्होंने उन्होंने पहला दो बार रिसीव कर लिया दिस इज द स्टैंडर्ड प्रोटोकॉल एवरी टाइम ही कम्स ऑल दीज पीपल रिसीव द प्राइम मिनिस्टर मैं भी खड़ा सी उ दोनों मिले से इस करके गड्डी उतर के उन्होंने दोनों करके सीधे मेरे से आके बजे अच्छा आके वीडियो देख लेना आके सीधा मेरे मोटे दत्त मारे कहना और सुनील मैं सर कहना और सुनील अजकल दिखाई नहीं देते ते मैं हसदे क्या मैं क्या मोदी साहब थोड़े हाथ लगे भी तुम मैं क्या जेडे बंदे नू मैं क्या जी मैं तो तुहानू रिसीव शायद उत्थे BSF ते बेस ते कर लैंदा पर मैं उत्थे गया सी मैं क्या जी मेरा उन्होंने थोड़े उस SPG वाले नाम नहीं सी पाया पर मैं इत्थे आके रिसीव कर लिया मैं क्या मैं शायद इस बहाने थोड़े उस कैंडीडेट नू देख लैंदा मैं तो अज तक हुण तो देखे ही नहीं इलैक्शन दे विच ओ जिहड़ा मैं तो क्योंकि दो तीन दिन पहले ही रमणीर सिंह बिट्टू नाल इंटरव्यू सी हुण तुसीं कहोगे भी दूजा रेफरेंस भी क्यों देता जिहड़ी चीज़ नेड़े होई हुंदी उह याद रह जांदी है ਉਹ ਕੋਈ ਪਾਰਲੀਮੈਂਟ ਦੀ ਕਮੇਟੀ 'ਚ ਨੇ ਰਵਨੀਤ ਸਿੰਘ ਬਿੱਟੂ ਜੀ ਹੈ ਨਾ ਅਤੇ ਉਹ ਉਹ ਕੀ ਮਤਲਬ ਮੈਂ ਉਹਨਾਂ ਦੇਸੀ ਪੰਜਾਬੀ 'ਚ ਇਹ ਅਨੁਵਾਦ ਕਰਿਆ ਵੀ ਉਹ ਛੁੱਟੀਆਂ ਦੇਣ ਵਾਲੀ ਕਮੇਟੀ ਦੇ ਮੁਖੀ ਆ ਜਿਹੜੇ MPਾਂ ਨੂੰ ਛੁੱਟੀਆਂ ਦਿੰਦੇ ਆ ਅਤੇ ਉਹਨਾਂ ਨੇ ਔਨ ਰਿਕਾਰਡ ਇਹ ਗੱਲ ਕਹੀ ਆ ਵੀ ਸਭ ਤੋਂ ਵੱਧ ਛੁੱਟੀਆਂ ਜੇ ਕੋਈ ਮੰਗਦਾ ਤਾਂ ਉਹ ਆਪਣੇ ਗੁਰਦਾਸਪੁਰ ਵਾਲੇ MP ਸਾਹਿਬ मैं किसी ते टीका टिप्पणी नहीं करता मैं कह इट वुड हैव बीन अनफेयर भी किसी उन्होंने तो लोगों नू ना तो आस सी उन्होंने तो ठीक है वोटा पातियाँ चेहरे नू पातियाँ बट उत्थे मैं डॉक्टर उन्होंने मोदी साहब की प्रधानमंत्री जी की गल कर रहा सीगा बड़े चंगे फिर मैं मेरे नाल बिठा के मैनू बांह फड़ के बराबर बिठा लिया सी लंगर छकिया इकट्ठे अच्छा मेरे तो उन्होंने भी बाद चलन लगे कहना सुनील आना मैं क्या जी मैं हूँ लोगों ने फतवा देता मैं उत्थे जाके की करना है मैं क्या उत्थे पटक पटक जिवें कहिंदे मैं हसदा हुंदा मेरे मामा जी कहिंदे कहिंदे जिवें कहिंदा लड़ाई के मैदान च ब्रिगेडियर की आत्मा भटकती फिरदी है ना कहिंदा उस तरह MP जिहड़े है जिहड़े हारे हुए उस सेंटर लाल च तुरे फिरदे मैं क्या जी मैं तो नहीं आप ही हस पे कहिंदा बात तो तेरी सुनील है ठीक यहाँ पे सिर्फ चुगली करते हैं बैठे और कुछ नहीं है यहाँ पे कोई मतलब की बात नहीं होती मैं कहीं है तो आई कॉफी तो बैठे एक दूजे की करी जाते हैं बट ही मैं तो हूँ जो आदमी ना इज अ प्राइम मिनिस्टर ऑफ कंट्री असी अपोजिशन दे हाँ पर उन्होंने इन्ना याद भी रहना गड्डी च उतर के सीधे आके आए बजे वो कहते वीडियो देखे तुम पही है आके सीधे इतने मारा मोटे तत् अगले कहते तेरा ये मैं क्या जी मैंने तो इन्हों भी मेरा तो कितने पार्लीमेंट मैं तो हवाई जहाज ही उड़ाए इन्होंने खिलाफ बट उन्होंने बड़ी निगाह च रहा उन्होंने क्योंकि रफाल वाला मसला सीगा जी बिल्ला ने आए बना के मैं उड़ाए नहीं मैं रखे मैं जी मैं क्या थोड़े वाला जो अंबानी है जो अनिल अंबानी है मैं क्या तो कागज का जहाज नहीं बना जो इन रफाल बनाई जाने मैं जब वधिया बना देना मैं दिखा के करके बनाया सीगा मैं क्या उस वधिया बना लिया वो कागज का जहाज बना दे मैं क्या जी फिर मैं मान लूंगा भी इस ठगी नहीं हुई वो पता नहीं उन्होंने दिमाग से मैं कहना उत्तर देखा देने और भी सुनील कहता दिखाई नहीं देते हाथी थोड़े लगे हैं मेरे तो जे कि थोनू कोई लोकल लीडर ही नहीं मिले जरा सुनील ढावे बंबईओ लिया के सीटे है तो थोड़े करके हो नहीं तो उन्होंने वेल से फादर का मेरे पिता जी बहुत अच्छे खुद मने हूँ मने उन्होंने कहा भी मैंने पहला BJP वाले उन्होंने सामने बीकानेर उतारन लगे से मैं मुकर गया अच्छा यह भी मुकर गए अजे भी तुम अगर सनी देओल जी दे इलेक्शन फॉर्म तो कितने कितने रिकॉर्ड च होना जी आई हैव सीन इट अ कॉपी ऑफ इट माइसल मेरे को है नहीं वो एक ओवर कट करके फार्म च नाम जो भरया अमृतसर का सीगा जी अच्छा सनी देओल अमृतसर कट के उत्थे गुरदासपुर किया होगा सो वट एवर रीजनस मे है बिन कोई साढ़े वाले बेलिया के अंदर बैठे इन्हों के हाथ लगे होने हैं कुछ साढ़े हरेक तो शुभ चिंतक तो हरेक पास होंगे है ना मैं मेरे बच्चे सूत करना है सो उस चक्कर च हो गया होना पर ठीक है तुम इन परसनल कह रहे हो भी यह परसनल कमेंट हो जूगा पर मैनू लगता है कि MP की इन्नी घट हाजरी
ਇਹ ਪਰਸਨਲ ਕਮੈਂਟ ਤਾਂ ਨਹੀਂ ਹੈਗਾ ਮਤਲਬ ਇਹ ਚਿੰਤਾ ਦਾ ਵਿਸ਼ਾ ਬਿਕੋਜ਼ ਆਈ ਐਮ ਅਦਰ ਸਾਈਡ ਆਫ ਦਾ ਦਿਸ ਥਿੰਗ ਵੀ ਮੇਰੇ ਸਾਹਮਣੇ ਮੈਂ ਅੱਜ ਕੋਈ ਵੀ ਗੱਲ ਕਰ ਸੀਨ ਬਟ ਯੈਸ ਲੋਕ ਸਮਝਦੇ ਇਸ ਗੱਲ ਨੂੰ ਅੱਜ ਹੁਣ ਭਾਗ ਉੱਥੇ ਬੀਜੇਪੀ ਵਾਲੇ ਐਡੀ ਕੀ ਜਾਂਦੇ ਵੀ ਆਉਣਗੇ ਸਾਡੇ ਵਾਸਤੇ ਵੋਟਾਂ ਮੰਗਣਗੇ ਕਿਹੜੇ ਮੂੰਹ ਨਾਲ ਮੰਗਣਗੇ ਸਭ ਬਟ ਸੈਲੀਬ੍ਰਿਟੀ ਇੱਦਾਂ ਆਉਣੇ ਅੱਜ ਵੀ ਹੁਣ ਦੇਖ ਰਹੇ ਸਭ ਹੁਣ ਵੀ ਹੋ ਹੀ ਰਿਹਾ ਸੈਲੀਬ੍ਰਿਟੀ ਆ ਕੇ ਉੱਤਰ ਗਏ ਸਭ ਵਟ ਇਜ਼ ਦੇਅਰ ਕੰਟਰੀਬਿਊਸ਼ਨ ਸਭ ਸੋ ਇਨ ਪ੍ਰਿੰਸੀਪਲ ਇਟਸ ਰੋਂਗ ਸਭ ਜਾਂ ਤਾਂ ਸੈਲੀਬ੍ਰਿਟੀ ਕਈ ਲੋਕ ਹੈ ਜਿਨ੍ਹਾਂ ਨੇ ਕੰਮ ਕੀਤਾ ਉਹ ਰਾਜ ਬੱਬਰ ਹੈ ਲੱਗਿਆ ਖੜਾ ਜੀ ਹਾਂ ਬੜੇ ਘੱਟ ਲੋਕ ਹੈ ਜਿਨ੍ਹਾਂ ਨੇ ਆ ਕੇ ਸੁਨੀਲ ਦੱਤ ਸੁਨੀਲ ਦੱਤ ਨੇ ਬਹੁਤ ਵਧੀਆ ਕੰਮ ਕੀਤਾ ਜੀ ਉਹਨਾਂ ਨੇ ਦੇਖੋ ਕਿਹੜੀ ਪਦ ਯਾਤਰਾ ਕਿੱਥੇ ਤਾਈਂ ਕਸ਼ਮੀਰ ਤਾਈਂ ਯੂਨੀਫਿਕੇਸ਼ਨ ਆਫ ਦਾ ਨੇਸ਼ਨ ਵਾਸਤੇ ਯੂਨਿਟੀ ਵਾਸਤੇ ਕਾਲੇ ਦਿਨਾਂ 'ਚ ਇੱਥੇ ਪੰਜਾਬ 'ਚ ਜਦੋਂ ਹੋਇਆ ਤਾਂ ਉਹ ਇੱਥੇ ਵਿਚਰੇ ਸਭ ਹਾਂ ਉਹ ਉਹਨਾਂ ਨੂੰ ਸੈਲੀਬ੍ਰਿਟੀ ਯੂ ਹੈਵ ਟੂ ਪ੍ਰੂਵ ਯੂਅਰ ਸੈਲਫ ਪਰ ਜਾਂ ਬੰਦਾ ਰਾਹ ਪੇ ਜਾਣੀਏ ਜਾਂ ਵਾਹ ਪੇ ਜਾਣੀਏ ਜਦੋਂ ਆਉਂਦੇ ਉਦੋਂ ਤਾਂ ਕਹਿੰਦੇ ਸੇਵਾ ਕਰਨੇ ਕੇ ਲਈ ਆਏ ਫਿਰ ਮੁੜ ਕੇ ਹੋ ਗਏ ਤਾਂ ਪਰ ਉਹਨਾਂ ਦਾ ਸੈਲੀਬ੍ਰਿਟੀ ਦਾ ਨਾ ਜੀ ਅੱਜ ਇੱਥੇ ਗਏ ਅਤੇ ਕੱਲ੍ਹ ਫਿਰ ਦਿੱਲੀ ਜਾ ਵੜਨਗੇ ਕਿਉਂ ਇਹਨਾਂ ਨੇ ਕਿਉਂ ਮੁੜ ਕੇ ਗੁਰਦਾਸਪੁਰ ਆਉਣਾ ਅਗਲੀ ਵੋਟਾਂ ਉੱਥੇ ਕਿਸੇ ਨੂੰ ਬੇਵਕੂਫ ਬਣਾ ਲੈਣਗੇ ਪੋਲੀਟਿਕਸ ਜ਼ਿਆਦਾ ਨਹੀਂ ਸੈਂਟਰਲਾਈਜ਼ ਹੋ ਰਹੀ ਇੱਕ ਫੇਸ ਤੇ ਹੁਣ ਸਾਰਾ ਜਿਹਾ ਕੁਛ ਰਹਿ ਗਿਆ ਉਹ ਇੱਕ ਮਤਲਬ ਐਂਡ ਆਫ ਦੀ ਡੇ ਦਾ ਰਿਜ਼ਲਟ ਮੈਨੂੰ ਤਾਂ ਇਹ ਲੱਗਦਾ ਵੀ ਪ੍ਰਾਈਵੇਟ ਲਿਮਿਟਿਡ ਹੋ ਜਾਣਾ ਵੀ ਮੇਨ ਬੰਦਾ ਆਈਡੀਓਲੋਜੀ ਖਤਮ ਨਹੀਂ ਤਾਂ ਜਿਸ ਤਰ੍ਹਾਂ ਪ੍ਰੈਜ਼ੀਡੈਂਸ਼ੀਅਲ ਫਾਰਮ ਉਹ ਗਵਰਨਮੈਂਟ ਦੀਆਂ ਗੱਲਾਂ ਕਰਦੇ ਹੈ ਉਹਦੇ ਵਾਸਤੇ ਇੱਕ ਮੈਚੋਰ ਨੇਸ਼ਨ ਵੀ ਚਾਹੀਦਾ ਸਾਹਿਬ ਮੈਚੋਰ ਇਲੈਕਟੋਰੇਟ ਚਾਹੀਦਾ ਹੈ ਆਪਾਂ ਐਵੇਂ ਨਾ ਸਾਰੇ ਲੀਡਰਾਂ ਨੂੰ ਨਿੰਦੇ ਜਾਈਏ ਬੜਾ ਸੌਖਾ ਹੈ ਹਰੇਕ 'ਚ ਨੁਕਸ ਕਰਨਾ ਵੀ ਇਹਦਾ ਲੀਡਰ ਸਾਰੇ ਚੋਰ ਹੈ ਜੀ ਸਾਰੇ ਪਰ ਚੋਰਾਂ ਨੂੰ ਮੌਕਾ ਕਿਉਂ ਨਹੀਂ ਦਿੱਤਾ ਸਭ ਬਣਾਉਣ ਵਾਲੇ ਤਾਂ ਆਪਾਂ ਹੀ ਹਾਂ ਕੋਈ ਪੈਦਾ ਜਨਮ ਪੈਦਾਇਸ਼ੀ ਤਾਂ ਲੀਡਰ ਪੈਦਾ ਹੁੰਦਾ ਨਹੀਂ ਐਂ ਤਾਂ ਨਹੀਂ ਵੀ ਚਿੱਟੇ ਲੀੜੇ ਪਾ ਕੇ ਨਿਕਲਦਾ ਜਿੰਦਾਬਾਦ ਮੁਰਦਾਬਾਦ ਕਰਦਾ ਹੀ ਜਾਂਦਾ ਬਣਾਏ ਹੈ ਮੌਕਾ ਦਿੱਤਾ ਹੈ ਕੁਛ ਮਜਬੂਰੀਆਂ ਹੋ ਗਈਆਂ ਲੋਕਾਂ ਨੂੰ ਇਹ ਜੇ ਲੋਕਾਂ ਦੇ ਵਾਹ ਪੈ ਗਿਆ ਵੀ ਇਹੀ ਕੰਮ ਕਰਾ ਕੇ ਦੇ ਸਕਦੇ ਸੋ ਹੋਲ ਸਿਸਟਮ ਨੀਡਸ ਅ ਰੀਵੈਂਪ ਐਜੂਕੇਸ਼ਨ ਇਜ਼ ਅ ਮਸਟ ਇਹ ਕਹਿੰਦੇ ਨੇ ਡੈਮੋਕ੍ਰੇਸੀ ਵਿਦਆਊਟ ਐਜੂਕੇਸ਼ਨ ਇਜ਼ ਅ ਫਾਰਸ ਬਿਲਕੁਲ ਇਜ਼ ਅ ਫਾਰਸ ਸੋ ਤੁਸੀਂ ਮੈਂ ਤਾਂ ਜਰਨਲਿਜ਼ਮ 'ਤੇ ਵੀ ਆਏ ਲਾਗੂ ਹੁੰਦਾ ਵੀ ਐਵੇਂ ਕਿਸੇ ਨੇ ਕੈਮਰਾ ਫੜ ਕੇ ਜਰਨਲਿਸਟ ਤਾਂ ਨਹੀਂ ਤੁਸੀਂ ਕਿਹਾ ਪੜ੍ਹਨ ਲਿਖਣ ਵਾਲਾ ਕੰਮ ਕਰ ਇਜ਼ ਅ ਮਸਟ ਸਰ ਸੋ ਟਾਈਮ ਲੱਗਦਾ ਸਭ ਆਪਾਂ ਅਜੇ ਗਰੀਬੀ ਉਸ 'ਚੋਂ ਚੁੱਜੀ ਜਾਂਦੇ ਹਾਂ ਕਿਹਨੂੰ ਅੱਗੇ ਡੈਮੋਕ੍ਰੇਸੀ ਦੀ ਯਾਦ ਹੈ ਜੀ ਰੋਜ਼ੀ ਰੋਟੀ 'ਤੇ ਟੁਕੜਾ ਸਿੱਟ ਕੇ ਆਹ ਦੇ ਦਿਆਂਗੇ ਮੁਫਤ ਆਹ ਦੇ ਦਿਆਂਗੇ ਇੱਕ ਪੇੜ ਝਾਲ ਬਣੀ ਖੜੀ ਹੈ ਉਹ ਕਹਿੰਦੇ ਹੁਣ ਤੇਲ ਤਾਂ ਤਿਲਾਂ 'ਚੋਂ ਨਿਕਲਣਾ ਹੈ ਭੁੱਲ ਜਾਂਦੇ ਲੋਕ ਵੀ ਬੰਦੇ ਜੋ ਇਸ ਜੇਬ 'ਚ ਪਾਈ ਜਾਂਦੇ ਇਸ ਜੇਬ 'ਚੋਂ ਕੱਢੀ ਜਾਂਦੇ ਹੈ ਕਰੀਏ ਪਰ ਤੁਸੀਂ ਬਹੁਤ ਇਮਾਨਦਾਰੀ ਨਾਲ ਇਹ ਗੱਲ ਦਾ ਜਵਾਬ ਦਿੱਤਾ ਜਿੰਨੇ ਪ੍ਰੋਮਿਸ ਹੋ ਰਹੇ ਆ ਚਾਹ ਕੋਈ ਵੀ ਹੈ ਏ ਬੀ ਸੀ ਸਾਰੇ ਲਾ ਲਓ ਇਹ ਹੋ ਜਾਣਗੇ ਪੂਰੇ ਦੇਖੋ ਤੁਹਾਡੇ ਸਾਹਮਣੇ ਹੈ ਇਸ ਵੈਰੀ ਹਾਰਸ਼ ਰਿਐਲਿਟੀ ਸਾਹਿਬ ਕਿੱਥੇ ਪੈਸਾ ਪਿਆ ਹੈ ਅੱਜ ਤੁਸੀਂ ਦੇਖਿਆ ਹੋਣਾ ਅੱਜ ਹੀ ਅਖਬਾਰ 'ਚ ਮੈਂ ਤਾਂ ਕਿਹਾ ਸੀ ਵੀ ਹੁਣ ਜਿਹੜੇ ਕਾਲੇ ਕਾਨੂੰਨ ਸਰਕਾਰ ਨੇ ਕਿਹਾ ਵਾਪਸ ਲਏ ਅਤੇ ਉਸ ਦਿਨ ਜਦੋਂ ਫਿਰੋਜ਼ਪੁਰ ਆਏ ਪ੍ਰਧਾਨ ਮੰਤਰੀ ਜੀ ਮੈਨੂੰ ਐਂ ਸੀਗਾ ਵੀ ਅੱਜ ਕੋਈ ਨਾ ਕੋਈ ਸ਼ਾਇਦ ਗੱਫਾ ਵੋਟਾਂ ਵਾਸਤੇ ਦੇ ਜਾਣ ਵੀ ਕਿਸਾਨਾਂ ਨੂੰ ਜਿਹੜੇ ਕੋਈ ਮੁੱਲ ਪਾ ਜਾਣ ਜੋ 700 ਸ਼ਹੀਦੀਆਂ ਹੋਈਆਂ ਕੋਈ ਨਾ ਕੋਈ ਦੇਖੋ ਕੀਮਤ ਤਾਂ ਦਿੱਤੀ ਜਾ ਨਹੀਂ ਸਕਦੀ ਪਰ ਸ਼ਾਇਦ ਕੁਛ ਨਾ ਕੁਛ ਵੀ ਮੱਲਮ ਲਾ ਜਾਵਜ਼ਾ ਇੱਕ ਉਦੋਂ ਤਾਂ ਆ ਨਹੀਂ ਹੋਇਆ ਮੱਲਮ ਅੱਜ ਕੀ ਲਾਇਆ ਇਹਨਾਂ ਨੇ ਤਕਰੀਬਨ 40,000 ਕਰੋੜ ਰੁਪਏ ਦੀ ਫਰਟੀਲਾਈਜ਼ਰ ਖਾਦ ਦੇ ਸਬਸਿਡੀ ਸੀ ਘਟਾ ਦਿੱਤੀ ਜਿਹੜੀ ਸਬਸਿਡੀ ਦਾ ਬਜਟ ਪਰਸੋਂ ਜਿਹੜਾ ਕੱਲ੍ਹ ਆਇਆ 1,50,000 ਕਰੋੜ ਦੀ ਤਕਰੀਬਨ ਸਬਸਿਡੀ ਆਪਣੇ ਇੱਥੇ 1,45,000 ਕਰੋੜ ਦੀ ਸਬਸਿਡੀ ਸੀਗੀ ਇਹਨਾਂ ਨੇ ਐਤਕੀ ਘਟਾ ਕੇ ਉਹਨੂੰ 1,05,000 ਕਰੋੜ ਦੀ ਸਬਸਿਡੀ ਕਰਤੀ ਅੱਛਾ ਮਤਲਬ 40,000 ਕਰੋੜ ਦੀ ਸਬਸਿਡੀ ਖਤਮ ਹੋ ਗਈ ਅਤੇ 40,000 ਕਰੋੜ ਦਾ 9% ਲਾ ਲਓ ਕਿਉਂਕਿ ਹਿੰਦੁਸਤਾਨ ਦਾ ਟੋਟਲ ਜਿਹੜੀ ਕੰਜ਼ਮਪਸ਼ਨ ਹੈ ਖਾਦ ਦੀ ਯੂਰੀਆ DAP ਸੁਪਰ ਵਗੈਰਾ ਉਸ 'ਚੋਂ 9% ਪੰਜਾਬ ਦੀ ਕੰਜ਼ਮਪਸ਼ਨ ਹੈ ਸਭ ਤੋਂ ਜ਼ਿਆਦਾ ਪਰ ਹੈਕਟੇਅਰ ਇਸਤੇਮਾਲ ਸਾਡਾ ਰਕਬਾ ਦਾ 1.5% ਪੌਣੇ 2% ਹੈ ਅਤੇ 9% ਖਾਦ ਲੱਗਦੀ ਹੈ ਉਹਦਾ 9% 40,000 ਕਰੋੜ ਦਾ ਕੱਢ ਲਓ ਜੀ ਉਹਨਾਂ 3600 ਕਰੋੜ ਰੁਪਈਆ ਸਾਲ ਦਾ ਸਰਕਾਰ 'ਤੇ ਨਹੀਂ ਪਿਆ ਸਿੱਧਾ ਕਿਸਾਨਾਂ ਦੀ ਜੇਬ 'ਚੋਂ ਕਿਉਂਕਿ ਰੇਟ ਵਧੂਗਾ ਤਾਂ ਕਿਸਾਨ 'ਤੇ ਵੱਜਣਾ ਆ ਕੇ ਸਿੱਧਾ ਉਹਨੇ ਡੀਲਰ ਨੇ ਤਾਂ ਦੇਣਾ ਨਹੀਂ ਜੀ ਸਬਸਿਡੀ ਘੱਟ ਹੋ ਗਈ ਅਤੇ ਜੇ ਕਿਤੇ ਜਿਸ ਕਿਸਮ ਨਾਲ ਤਾਂ ਕੀਮਤਾਂ ਕੂਮਤਾਂ ਵਧੀ ਜਾਂਦੀਆਂ ਜੇ ਹੋਰ ਮਹਿੰਗੀ ਹੋ ਗਈ ਬਾਹਰ ਇੰਟਰਨੈਸ਼ਨਲ ਮਾਰਕੀਟ 'ਚ ਜਿਹੜਾ ਰੋ ਫੀਡ ਆਈ ਜਾਂਦਾ ਸਟੋਕ ਜਿਹੜਾ ਆਈ ਜਾਂਦਾ ਅਤੇ ਹੋਰ ਵੱਜੂਗਾ ਜੀ ਅਤੇ ਕਿਸਾਨ ਨੂੰ ਤਾਂ ਨਿਚੋੜੀ ਜਾਂਦੇ ਹੈ ਸੋ ਇਹ ਗੱਲਾਂ ਉੱਥੇ ਚੱਕਣ ਵਾਲੀਆਂ ਸਭ ਅਤੇ ਉਹ ਚੱਕੀਆਂ ਨਹੀਂ ਜਾ ਰਹੀਆਂ ਦਿਸ ਲੈਕ ਪਹਿਲੇ ਦੀ ਗੱਲ ਅੰਡਰਸਟੈਂਡਿੰਗ ਹੈ ਨਹੀਂ ਸਭ ਹਰੇਕ ਦਾ ਆਪਣਾ ਇੱਕ ਇਦਾਰਾ ਹੈ ਕਿਸ ਰੋਟੀ ਤਾਂ ਸਾਰਿਆਂ ਨੇ ਖਾਣੀ ਹੈ ਪਰ ਭੁੱਲ ਜਾਂਦੇ ਕਿਸਾਨ ਦੀ ਤਕਲੀਫਾਂ ਇੱਕ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਸਕਦਾ ਮੇਰੀ ਜਾਣਕਾਰੀ 'ਚ ਕੋਈ ਫਰਕ ਹੋਵੇ ਪਰ ਮੈਨੂੰ ਲੱਗਦਾ ਸਭ ਤੋਂ ਪਹਿਲੇ
मतलब क्योंकि हुण इह गल बहुत हो रही है तो मैं भी कर लैना, जबकि मैं तो सोसाइटी नूं घट्टो घट नहीं देखता भी पहले हिंदू लीडर हो तुसीं जिहड़ियां ने बेअदबी का मुद्दा चुकिया और रेगूलर थोड़ा मतलब ये नहीं है कि सीजनल नहीं है। मेरे बड़ी चुभदी है साहब जो मैं हिंदू कह के बुलाया क्यों साहब मैं जो आई एम सेग्रीगेटेड आई एम पंजाबी साहब मैं जो कहना भी मैं आई एम प्राउड टू बी हिंदू साहब बड़ा फख्र है मैं कोई कह दो मैं कह जी आई एम प्राउड टू बी हिंदू बट आई एम इक्वली प्राउड टू बी हिंदुस्तानी आई एम प्राउड टू बी ए पंजाबी बड़ा फख्र है मैं पंजाबी हाँ तो पंजाबियों ने कद मैं इस गल वास्ते मौका ही नहीं दिता भी मैं महसूस करा भी हाँ मैं सैकेंड क्लास सिटीजन अज भी मैं हमने वो साढ़े वाला एक होर झमेला चलिया फिर उस पुछे तो मैं क्या मैं पंजाब की इस गड्डी दे विच सैकेंड क्लास का डब्बा ही है नहीं साहब एवरी सिटीजन इज़ अ फर्स्ट क्लास सिटीजन पंजाबियों का देखो गुरु महाराज ने कश्मीर के पंडतों वास्ते जाके कुरबानी दी तो हिंद की चादर वजदे है पंजाब की चादर तो नहीं वजदे सिखां की चादर तो नहीं वजदे हिंद की चादर साहब उस इलाके वास्ते कोई आ गल करे हिंदू सिख की घटिया सोच है पर मैं ठीक है बेअदबी की भावना तो मैं बोलिया पर उस तो ज़्यादा गल जी मैं कहना चाहना मैं इस गल का एक मलाल है भी आ जो किसानी वाला आया कानून काले कानून है पांच पांच जून की गल है पांच जून उन्होंने नोटिफिकेशन आया वो जरा कि नोटिफाई किया नोटिफिकेशन कढ़िया इन्होंने पहला ऑर्डिनेंस पास किया 8 तरीक नूं मैं एम एल एज़ की मीटिंग बुलाई उदों तां मैं पी सी सी प्रेजिडेंट सीगा एक हैगा मैं थोनूं ब्रीफ करना एक इशू वास्ते तो मैं एम एल एज़ नूं सद्या साढ़े 79 एम एल ए सीगे 20-25 आए उन्होंने मैं ब्रीफ किया भी आह जिहड़ा कानून है आ बहुत ही इहदी आह इंप्लीकेशनस हैगियां ठीक है आपां नूं लोकां च जाके उन्हूं अवेयर करना चाहिए इस वेरी बिग इशू आने वाले दिनों च इन्हें पंजाब नूं हिला के रख देना जड़ों कट देना जो आके तो लागू हो गया तो काम कुछ तो समझ आई कुछ ने सीरीस ले लिया कुछ ऐं तुर गए एक होर मीटिंग बुलाई ओके रिमेनिंग एम एल एज की फिर सारे नहीं आए 15-20-25 फिर आ गए मैं फिर 3 मीटिंग्स मैं एम एल एज की बुलाई तो इनफैक्ट अज तक तो किसान यूनियनस तो जाग ही नहीं सब मैं 16 जून की गल है फतेहगढ़ साहब मैं नागरा साहब नूं कहा नागरा साहब प्रोग्राम रखिए थोड़े करोना सीगा उस टाइम पूरा भगया सीगा उदों नॉर्म सीगे भी इन्ना डिस्टेंस करके 20-25 बुला सो मैं सरपंच बुला लो जिला परिषद पंचायत समितियां दे मैंबर बुला के वो रिकॉर्ड है सब अखबारां दी कटिंग्स फोटोग्राफ्स उदों तां किसी ने चर्चा ही नहीं छड़ी सी भी आ गया काला कानून उहदे बाद कांग्रेस पार्टी ने इस गल नूं चक्किया राहुल जी इत्थे आए उदों मोमेंटम बनिया पर आई विश लोकां च अवेयरनैस ज़्यादा हुंदी जे उस तरीके नाल चलदे साडे तो लोगों से इस गल का क्योंकि कांग्रेस पार्टी इस गलते पूरा पहरा असी दिता भी कैप्टन साहब ने कानून भी वो उन्होंने कहण नाल जिहड़े लैके आए उन्होंने अनल किया जो कुछ स्टेट कर सकती सी किया बट दीज आर इशू साहब उन्होंने गल्लां होनियां चाहीदियां सीगियां साढ़े फिर कैप्टन साहब वाली गल है कि उन्होंने कहना है ना कि वो जिहड़े काम मेरे करे सी अज कांग्रेस उन्होंने वह तो लै रही है क्रैडिट जिहड़े उन्होंने 4.5 सालों च किए उन्होंने कहना है बट सारी चीज़ नूं उन्होंने सैट दिता गया भी कांग्रेस की जो भी है भी उन्होंने कुछ नहीं किया कुछ ना करने वाली गल तो देखो किसी ने कहना भी नहीं चाहिए ना मैं तो घट्टो घट नहीं कहता जिहड़ी मेन दो इशू जिन्होंने कहते ना एलीफेंट इन द रूम भी वो जिहड़े मेन मुद्दे से देखो आ बाकी तो इकनोमिक इशूज डिवेलपमेंट दे नाल रिलेटेड दे वन वॉज अ वेरी इमोशनल इशू क्योंकि कालजे बलूंदरे पे से पंजाब के जोड़ा बेअदबी वाला असी कह के आए थी भी बेअदबी वाले नकेल पावे वो जिड़ी सोच होनी है साहब इंटेंशन होनी है पर लोगों तक दिसी नहीं द जस्ट शुड नॉट ओनली बी डन इट शुड बी सीन टू बी डन लोगों को जचे नहीं तुम कुछ कर ही नहीं जाते कमेटियां बनिया डॉक्टर अपने कमीशन बनाया कोई कमीशन का कोई मतलब लोगों की उस तसली हुई नहीं नशे वाली गल सी कोई वो ब्यूरोक्रेटिक तो एडमिनिस्ट्रेटिव मसलों रह गया जी आ नहीं हो सकता जी उत्थे कोर्ट च पे है लोग एक वी लॉस द परसैप्शन बैटल तो वो वास्ते कुछ करोना भारी पै गया कुछ कैप्टन साहब कट ऑफ हो गए जाके जमा ही करोना च आउट लोगों ने वो गल जी सी वो धारणा होगी भी है करना नहीं चाहते बसों का मसला नहीं निबड़िया बड़ी छोटी जी गल सी
देवर लीगल एसेज नाउ फाइन लोगों को पता लगता भी कोर्ट ने जाते फिर इन्हें किए थे ट्रांसपोर्ट मंत्री ने तो जो कोर्ट ने फिर कर्ज करके तोड़ते पर आता हूँ लोगों का जब काम किया इन्होंने कोर्ट ने नहीं करने दिता उतने जमा ही ब्रेक लग गया काम सारा कुछ सिरे नहीं लगे ही नहीं सो नोबडी डिनाई सब मैं थोड़ा कह रहा भी इतने बोर्ड 750 करोड़ रुपया लगे हाँ पूरे पिछले 70 साल से नहीं लगे कि मैं कह दिया कैप्टन साहब के टाइम से कम नहीं है हाउ कैन आई से दैट हाउ कैन आई से दैट किड़े मुँह नाल कह दें सर द क्रेडिट शुड गो वेयर इट इज़ ड्यू इट इज़ हिम इट इज़ हिज गवर्नमेंट इट इज़ कांग्रेस गवर्नमेंट कांग्रेस की गवर्नमेंट है कांग्रेस के मुख्यमंत्री से कांग्रेस नाइदर वी कैन रन अवे फ्रॉम जो कोई कमियाँ रही हैं दिस इज़ आर कलैक्टिव रिसपोंसिबिलिटी आई एम एज मच रिसपोंसिबल साहब अगर नहीं हो तो मैं किनू जाके समझाऊंगा अरे मैं तो मन कैप साहब मनते बहुत सी मैं किनू कहूँगा भी नहीं मेरी मनी जी अच्छा मानते सी थोड़ी मैं मेरे मेरे आई हैड फुल लिबर्टी मेरे नाल उन्हां दा जिहड़ा संबंध सी बहुत ही जिन्ना कह लिए इट वाज बट जदों तुसी प्रधानगी तों छड्या ते नवजोत सिद्धू उदा आ रहे सी तां तुसी इक गल कही सी कि भई जिहड़े निक्के निक्के रुस्से आ आपस दे विच इन्हां नूं खतम करो एवें ना रुस्सिया करो किसी गल दी ते ओ नहीं मैं कही जिहड़े है ओह कई लोग रुस्से बैठ मैं कहिंदा नूं मैं उदों कहा सी आ कई जिहड़े फुफड़ है जिवें कहिंदे ने विआह शादियां च फुफड़ सवेरे रुस जांदा शाम नूं मना के लईदा सवेरे फिर रुस जांदा सब नूं पता कि स्टेज ते बैठे मैं कहा कई तो स्टेज ते बैठे है इन्हां नूं मनाना शनाना बंद करो हाँ तो इन्हों कम जे वर्कर है जो बेचारे पिसी जाते रोसा भी नहीं दिखाते फिर भी पार्टी नाल जुड़े उन्हों की गल सुनो मैं तो उस कंटैक्सट पर कैप साहब मैं क्या मैं क्या जी आए मैं तो उत्थे क्या सी मैं क्या असी थोड़े नाल दोस्ती पूरी खुल के निभाई है साहब मैं आई हैव नो मैं किस गल की झिझक है साहब सच्चे दिल नाल ना मैं जो क्या भी असं दोस्ती भी निभाना जानते हैं तो कित पेचा पै जाए तो उस गल भी सिरे तीन लैके जाने का प्रयास करते हैं कमले मोटे दिमाग के आदमी हैं पर वाहगुरु की मेहर है बड़ी कैप्टन साहब ने रिगार्ड इज्जत दिता ਅਸੀਂ ਵੀ ਆਪਣੇ ਕੰਨੇ ਉਹਦਾ ਦੇਣ ਹੀ ਨਹੀਂ ਦੇ ਸਕਦੇ ਸਾਹਿਬ ਪਰ ਜਿਹੜੀਆਂ ਕਮੀਆਂ ਉਹ ਮੈਂ ਨਾ ਦੱਸਾਂ ਮੇਰੇ ਪਰਸਨਲ ਇਕੁਏਸ਼ਨ ਸੀਗੇ ਸਾਹਿਬ ਬਟ ਆਈ ਐਮ ਆਲਸੋ ਆਨਸਰੇਬਲ ਟੂ ਮਾਈ ਕੌਨਸ਼ੀਅੰਸ ਐਜ਼ ਏ ਪੀ ਸੀ ਸੀ ਪ੍ਰੈਜ਼ੀਡੈਂਟ ਮੇਰੇ ਕੋਲ ਅਹੁਦਾ ਨਾ ਹੁੰਦਾ ਮੇਰੇ ਕੋਲ ਅਹੁਦਾ ਨਾ ਹੁੰਦਾ ਮੇਰੇ ਭਾਵੇਂ ਕੁਛ ਕਰੋ ਸਾਹਿਬ ਮੇਰਾ ਆਪਣੇ ਇਕੁਏਸ਼ਨ ਬਹੁਤ ਵਧੀਆ ਸੀ ਡਾਕਟਰ ਸਾਹਿਬ ਕੁਛ ਤਾਂ ਤੁਹਾਨੂੰ ਉਦੋਂ ਕਿਹਾ ਹੋਣਾ ਨਾ ਉਹਨਾਂ ਨੇ ਵੀ ਤੁਸੀਂ ਜੋ ਉਹ ਗੱਲਾਂ ਦੇਖੋ ਆਪਸ 'ਚ 100 ਗੱਲਾਂ ਹੁੰਦੀਆਂ ਸਾਰੀਆਂ ਗੱਲਾਂ ਹਾਈ ਕਮਾਂਡ ਦੇ ਸਾਹਮਣੇ ਬੈਠ ਕੇ ਵੀ ਹੋਈਆਂ ਉਹਨਾਂ ਜੋ ਆਪਣੀ ਮਜਬੂਰੀ ਰਹੀ ਹੋਣੀ ਇਹਨਾਂ ਦੀ ਕੋਈ ਹੋਰ ਰਿਹਾ ਹੋਣਾ ਬਟ ਇਟ ਵਾਜ਼ ਆਈ ਐਮ ਨੋਟ ਡਿਨਾਈਂਗ ਵੀ ਸਾਡੀ ਸਰਕਾਰ ਸੀਗੀ ਅਸੀਂ ਕੰਮ ਕੀਤਾ ਅੱਜ ਵੀ ਮੈਂ ਸਟੇਜ 'ਤੇ ਖੜ ਕੇ ਕਹਿੰਦਾ ਵੀ ਅਸੀਂ 5 ਸਾਲ ਦੇ ਜਵਾਬ ਦੇ ਹਾਂ ਅਤੇ ਕੰਮ ਕੀਤਾ ਜਿਹੜਾ ਨਹੀਂ ਕੀਤਾ ਉਹ ਹੁਣ ਕਰ ਰਹੇ ਹਾਂ ਜਿਸ ਕੰਮ ਦੀ ਅਸੀਂ ਗਲਤੀ ਅਹਿਸਾਸ ਕੀਤੀ ਪਾਰਟੀ ਨੇ ਕੈਪਟਨ ਸਾਹਿਬ ਨੂੰ ਇਸ ਗੱਲ ਤੋਂ ਆਪਣੀ ਪਾਸੇ ਲਾਂਭੇ ਹੋਣਾ ਪਿਆ ਦੈਟ ਇਜ਼ ਆਲਸੋ ਵੀ ਹੈਵ ਅਕਨੋਲਜਡ ਆਰ ਫਾਲਟਸ ਮੇਰੇ ਕੋਲ 5 ਮਿੰਟ ਆ ਆਖਰੀ ਕਿਉਂਕਿ ਤੁਸੀਂ ਵੀ ਅੱਗੇ ਮੀਟਿੰਗਾਂ ਦੇ ਵਿੱਚ ਜਾਣਾ ਇੱਕ ਤਾਂ ਇਹ ਕਿ ਇੱਕ ਬਿਆਨ ਆਉਣਾ ਮਤਲਬ ਅਸੀਂ ਤਾਂ ਘੱਟੋ ਘੱਟ ਉਸ ਗੱਲ 'ਤੇ ਸ਼ੌਕ ਸੀ ਵੀ ਕਿਸੇ ਨੂੰ ਇਸ ਗੱਲ ਲਈ ਵੀ ਤੁਸੀਂ ਕਹਿ ਸਕਦੇ ਹੋ ਜਦੋਂ ਅੰਬਿਕਾ ਸੋਨੀਏ ਕਹਿੰਦੇ ਨੇ ਕਿ ਪੰਜਾਬ ਦਾ ਚਿਹਰਾ ਤਾਂ ਇਹੀ ਹੋਣਾ ਚਾਹੀਦਾ ਅਸੀਂ ਮਤਲਬ ਪੰਜਾਬ ਨੇ ਮੈਨੂੰ ਤਾਂ ਨਹੀਂ ਲੱਗਦਾ ਕੋਈ ਪੰਜਾਬ 'ਚ ਇਹੋ ਜਿਹਾ ਨਹੀਂ ਸਰਵੇ ਹੋਇਆ ਸੀਗਾ ਕੋਈ ਸਰਵੇ ਛੱਡੋ ਸਾਹਿਬ ਕਹਿੰਦਾ ਅਕਾਲ ਤਖਤ ਸਾਹਿਬ ਇਜ਼ ਅ ਟੈਂਪੋਰਲ ਸੀਟ ਆਫ ਪੰਥ ਆਫ ਸਿੱਖਿਜ਼ਮ ਹਾਂ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਵਰਗੇ ਉੱਥੇ ਜਾ ਕੇ ਪੇਸ਼ ਹੋਏ ਹੈ ਉਹਨਾਂ 'ਤੇ ਤਨਖਾਹ ਲਾਈ ਉਹਨਾਂ ਨੇ ਉਹਨਾਂ ਨੂੰ ਭੁਗਤਣਾ ਪਿਆ ਆਪਣੀ ਗਲਤੀਆਂ ਦਾ ਉਹਨਾਂ ਨੇ ਮੰਨਿਆ ਖਾਮਯਾਜਾ ਉੱਥੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਕਹਿ ਰਹੇ ਆ ਜਿੱਦਣ ਵੋਟਾਂ ਅਗਲੇ ਦਿਨ ਜਦੋਂ ਅਭਿਆਨ ਆਇਆ ਇਹਨਾਂ ਦਾ ਇੱਕ ਹਿੰਦੂ ਨਹੀਂ ਬਣ ਸਕਦਾ ਅਤੇ ਇੱਕ ਸਿੱਖ ਹੀ ਬਣੋ ਉਹਨੇ ਕਿਹਾ ਸਾਡੇ ਪੰਜਾਬ 'ਚ ਤਾਂ ਕੋਈ ਗੱਲ ਹੀ ਹੈ ਨਹੀਂ ਹਿੰਦੂ ਐਂਡ ਸਿੱਖ ਇਜ਼ ਨੋਟ ਇਵਨ ਇਸ਼ੂ ਸਾਨੂੰ ਇੱਕ ਚੰਗਾ ਇਨਸਾਨ ਚਾਹੀਦਾ ਜਿਹਦਾ ਦਿਲ ਪੰਜਾਬ ਵਾਸਤੇ ਧੜਕਦਾ ਹੋਵੇ ਮੈਂ ਕਿਹਾ ਮੈਂ ਇਟ ਵਾਜ਼ ਅ ਗੋਲਡਨ ਮੂਮੈਂਟ ਆਫ ਸਿੱਖਿਜ਼ਮ ਇਤਿਹਾਸ 'ਚ ਮੈਂ ਸਮਝਦਾ ਵੀ ਹੀ ਹੈਜ਼ ਡਿਗਨੀਫਾਈਡ ਦਾ ਆਫਿਸ ਦੈਟ ਨੋਰਮਲੀ ਕੀ ਹੁੰਦਾ ਬੰਦੇ ਦੀ ਡਿਗਨਿਟੀ ਆਫਿਸ ਨਾਲ ਬਣ ਜਾਂਦੀ ਹੈ ਉੱਥੇ ਕੁਰਸੀ 'ਤੇ ਬੈਠਦੇ ਸਾਰੇ ਉਹਨੂੰ ਓਨਰੇਬਲ ਓਨਰੇਬਲ ਕਰਨਾ ਚਾਹੀਦਾ ਬਟ ਵੈਰੀ ਫਿਊ ਪੀਪਲ ਪ੍ਰੂਵ ਦੈਮ ਸੈਲ ਟੂ ਬੀ ਵਰਦੀ ਆਫ ਦੈਟ ਚੇਅਰ ਸਾਹਿਬ ਇੱਕ ਸਟੇਟਮੈਂਟ ਜਿਹੜੀ ਮੇਰੇ ਵਾਸਤੇ ਤਾਂ ਰੇਜ਼ਡ ਮਾਈ ਚਾਹੇ ਮੇਰੇ ਪਹਿਲਾਂ 100 ਉਹਨਾਂ ਦੇ ਕਈ ਬਿਆਨ ਅਗਾਂਹ ਪਿਛਾਂ ਬਾਅਦ 'ਚ ਵੀ ਆਏ ਬਟ ਦੈਟ ਪਰਟੀਕੁਲਰ ਸਟੇਟਮੈਂਟ ਵਾਜ ਬਿਫਿਟਿੰਗ ਦੈਟ ਉਸ ਜਿਹੜੀ ਕੁਰਸੀ 'ਤੇ ਲੋਕਾਂ ਨੇ ਉਹਨਾਂ ਨੂੰ ਪੰਥ ਨੇ ਬਿਠਾਇਆ ਇਟ ਵਾਜ਼ ਬਿਫਿਟਿੰਗ ਦੈਟਸ ਵਟ ਸਿੱਖਿਜ਼ਮ ਇਜ਼ ਆਲ ਅਬਾਊਟ ਮਾਨਸ ਕੀ ਜਾਤ ਸਭ ਇੱਕੋ ਪਹਿਚਾਣ ਦੋ ਮੈਂ ਬਸ ਅਸੈਂਬਲੀ 'ਚ ਕਿਹਾ ਬਾਦ ਸਾਹਿਬ ਮੈਂ ਬਾਦ ਸਾਹਿਬ ਮੈਂ ਤਾਂ ਪੰਜਾਬੀ ਪੰਜੂਬੀ ਵਾਲੀ ਗੱਲ ਨਾ ਕਰੋ ਪੰਜਾਬੀ ਮੈਂ ਸੁਖਬੀਰ ਬਾਦਲ ਜੀ ਦਾ ਟੈਸਟ ਕਰਾ ਲਓ ਮੇਰਾ ਕਰਾ ਲਓ ਆਹ ਵੀ ਗੱਲ ਹੋਈ ਸੀ ਕਿਹਾ ਸਾਹਿਬ ਉਹ ਰਿਕਾਰਡ 'ਤੇ ਮੈਂ ਕਿਹਾ ਜੀ ਇਹ ਫੇਲ ਹੋ ਜਾਣਗੇ ਅਤੇ ਮੈਂ ਫਸਟ ਕਲਾਸ ਫਸਟ 'ਚ ਪਾਸ ਹੋਊਂਗਾ ਪਰ ਮੈਂ ਇਸ ਗੱਲ ਵਾਸਤੇ ਨਹੀਂ ਕਲੇਮ ਕਰਦਾ ਵੀ ਮੈਂ ਸਿੱਖਾਂ ਮੈਨੂੰ ਪੰਜਾਬੀ ਆਉਂਦੀ ਹੈ ਮੈਂ ਇਸ ਕਰਕੇ ਆਪਣੇ ਆਪ ਨੂੰ ਤੁਹਾਡੇ ਇਹਨਾਂ ਅਧਿਆਕ ਨਾਲੋਂ ਚੰਗਾ ਸਿੱਖ ਮਹਿਸੂਸ ਆਪਣੇ ਆਪ ਨੂੰ ਕਰਦਾ ਬੈਟਰ ਸਿੱਖ ਦਿੰਦਾ ਬਿਕੋਜ਼ ਮੈਂ ਮੂਲ ਮੰਤਰ ਅੰਦਰ ਧਾਰਨ ਕਰ ਰੱਖਿਆ ਸਾਹਿਬ ਮੇਰੇ ਸਿੱਖੀ ਸਵਰੂਪ ਨਾਲ ਨਹੀਂ ਕੋਈ ਬਣਦਾ ਸਿੱਖ ਸਿੱਖ ਤਾਂ ਉਹ ਮੂਲ ਮੰਤਰ ਹੈ ਵੀ ਮਾਨਸ ਕੀ ਜਾਤ ਸਭ ਏਕੋ ਪਹਿਚਾਨ ਵੇ ਮੰਤ ਮੇਰੇ ਪਿਤਾ ਨੇ ਮੇਰੇ ਸੰਗਤ ਨੇ ਮੇਰੇ ਆਹ ਹੀ ਦਿਖਾਇਆ ਵੀ ਆਹ ਹੈ ਸਿੱਖਿਜ਼ਮ
मैं तो वो मूल मंत्र लैके तुरै फिरदा वो उसते खड़े हैं पहरा दिनी है मेरी गल से तो कोई मलाल है नहीं नोबडी हैज गिवन मी एनी फीलिंग दैट आई एम अ सेकंड क्लास सिटीजन एड्डा वड्डा दिल है पंजाबियों का एड्डा वड्डा सारे नाल तक फिर आखिरी सवाल है मैनू लगता भी पता नहीं मैनू ए लगता जिवें तुसी सुनील जाखड़ कोई इदा तो नहीं लगता थोनू भी जे पंजाब दे विच है ना एक सीट खाली हुई तो तुसी दोबारे एम पी बन रहे हो मैनू लगता दोबारे उत्थे आई एम अवे फ्रॉम एक्टिव पोलिटिक्स सर अच्छा मैं टोल राहुल जी जो मैं आप मैं कहते डिप्टी नाल बन जाओ मैं आई एम नॉट अ सेकंड क्लास सिटीजन मैं क्यों डिप्टी बन जा सर तो उन्होंने बंद मैं देखो मैं क्या जी कई जेडे थोड़े लीडर है जिन्होंने आह गल कही भी सुनील जाखड़ नूं अगर मुख्यमंत्री बनाता तो पंजाब च अग लग जूगी आई हैव दैट इज़ मेड मी फंडामेंटली जोड़े है वह तो सीधे ही उन्होंने मुढ़ली गल जाके सट मारीे सब एक मारीे सीधी सट इतने आके बजती है मैं उन्होंने बंद किमें काम कर लूँगा कल थोड़ी सरकार से प्रॉब्लम होगी थोड़ी पार्टी से प्रॉब्लम होगी सॉरी मैं पार्टी ना पार्टी करके ही अज मेरा वजूद है सॉरी आई विल नॉट आई एम नॉट बी एबल टू वर्क विद दैम थोड़ा तुम एडा वा मान मैं बख्श रहे हो मैं बहुत खुश हाँ सर डोंट ईवन थिंक अगेन भी सुनील नाराज हो के या कोई कहदी नाराज की आई एम नॉट ईवन क्वालीफाइड इन द सेंस भी मैं एम एल ए नहीं मैं कहता मैं बन जाता मुख्यमंत्री थोड़ा बड़प्पन है मेरे साथियों का मैं हुणे कह के हटिया भी टाइम नगेन जिन्ना कह ला उन्ना थोड़ा भी उन्होंने 42 एम एल ए ने जो आह गल की सुनील मुख्यमंत्री होना चाहिए सदा मेरा तो राजनीतिक तपस्या सफल होगी साहब भी एडा वा मान बख्शता है एडी इन्होंने मेरे च विश्वास जाहिर करके एडा वा एहसान मेरे मोढ़िया से इन्होंने चढ़ाता मैं तो दे ही नहीं देता उन्हों का नहीं देता मैं पंजाब का दे नहीं देता मैं पंजाबियों का देन नहीं देता मैं इस पार्टी साड़ी का नहीं देन दे सकता मैं राहुल गांधी का स्पैशली देन नहीं दे सकता जिन्होंने एडा वा विश्वास मेरे च रखा भी सुनील नू इस काबिल भी हो सकता है करके इन्होंने किया सो मैं इस करके मैं क्या जी मैनू माफ़ी दौ आई एम डन हो गया हूँ मैं 68 साल का हो गया साहब हूँ किन्या बंदे नू कितने ठल भी होनी चाहिए है द डे इज़ डन माई डे इज़ डन सुनील जाखड़ अगे तो इलेक्शन नहीं लड़ रहा आई एम अवे बाकी तो मैं पार्टी पर आई एम ओवर साहब आई एम डन विद माई एक्टिव पोलीटिकल कैरियर इज ओवर साहब मैं जो वैसे क्योंकि प्रोग्राम एंड करता पर मैं भी हेडिंग फिर यही करना भी आई एम ओवर साहब माई डे इज़ डन माई डे इज़ डन ओके बहुत बहुत शुक्रिया थैंक यू थैंक यू सर धन्यवाद थैंक यू ये सानू सुनील जाखड़ तुसी जुड़े रहो अखर दे नाल।